ਨਵੀਂ ਪਾਰੀ ਸ਼ੁਰੂ ਕੀਤੀ ਹੈ ਨਵੀਂ ਟੀਮ ਦੇ ਵਿੱਚੋਂ, ਲੋਕ ਭਰੋਸਾ ਜਿਤਾਣਗੇ ਤੁਹਾਡੇ 'ਤੇ? ਪਹਿਲਾਂ ਤੁਸੀਂ ਕਿਉਂ ਖਫਾ ਹੋਏ ਕਾਂਗਰਸ ਤੋਂ, ਕਿਉਂ ਆਮ ਆਦਮੀ ਪਾਰਟੀ ਵੱਲ ਜਾਣ ਦਾ ਤੁਸੀਂ ਸੋਚਿਆ ਸੀਗਾ? ਠੀਕ ਹੈ, ਹਰ ਪਾਰਟੀ ਦੇ ਵਿੱਚ ਧੜੇਬੰਦੀ ਹੁੰਦੀ ਹੈ, ਪਰ ਇੰਨੀ ਜ਼ਿਆਦਾ ਧੜੇਬੰਦੀ ਕਿ ਉਸ ਧੜੇਬੰਦੀ ਦੇ ਵਿੱਚ ਤੁਹਾਡੀ ਜਿਹੜੀ ਲੀਡਰਸ਼ਿਪ ਹੈ ਜਦੋਂ ਉਹੀ ਖਤਮ ਹੋਣ ਲੱਗ ਪਵੇ ਤਾਂ ਮੈਂ ਸਮਝਦਾ ਕਿ ਉਸ ਪਰਿਵਾਰ ਦੇ ਵਿੱਚ ਰਹਿਣ ਦਾ ਜਿਹੜਾ ਉਹ ਕੋਈ ਤੁੱਕ ਨਹੀਂ ਹੁੰਦਾ। ਉਸ ਪਰਿਵਾਰ ਨੇ ਤੁਹਾਨੂੰ ਲੋਕ ਸਭਾ ਇਲੈਕਸ਼ਨ 'ਚ ਵੀ ਉਤਾਰਿਆ, ਉਸ ਪਰਿਵਾਰ ਨੇ ਦੋ ਵਾਰੀ MLA ਦੀ ਟਿਕਟ ਵੀ ਤੁਹਾਨੂੰ ਦਿੱਤੀ, ਡਿਪਟੀ ਲੀਡਰ ਵੀ ਬਣਾਇਆ, ਉਸ ਪਰਿਵਾਰ ਨੇ ਤੁਹਾਨੂੰ ਤਾਂ ਸਭ ਕੁਝ ਦਿੱਤਾ ਹੀ ਹੈ, ਫਿਰ ਤੁਹਾਨੂੰ ਕੀ ਮੁਸ਼ਕਲ ਆਈ ਇੱਥੇ? ਚਾਰ ਲੀਡਰ ਜਿਹੜੇ ਉਹ ਟੌਪ 'ਤੇ ਹੀ ਹੁੰਦੇ ਆ, ਪ੍ਰਧਾਨ, ਵਰਕਿੰਗ ਪ੍ਰੈਜੀਡੈਂਟ, LOP ਅਤੇ ਡੈਪਟੀ LOP, ਅਤੇ ਤੁਸੀਂ ਡੈਪਟੀ LOP ਨੂੰ ਪੁੱਛਦੇ ਹੀ ਨਹੀਂ। ਤੁਹਾਡੇ 20-20 ਫੰਕਸ਼ਨ ਹੋ ਜਾਂਦੇ, ਤੁਸੀਂ ਇੱਕ ਫੰਕਸ਼ਨ ਜਦੋਂ ਦਿਲ ਕਰਦਾ ਬੁਲਾ ਲੈਂਦੇ, ਜੀ ਆਇਓ ਜੀ। ਮਾਣ ਸਤਿਕਾਰ ਦੇਣਾ ਹੁੰਦਾ, ਬੋਲਣ ਤੱਕ ਨਹੀਂ ਦਿੱਤਾ ਜਾਂਦਾ। ਕਦੋਂ ਤੱਕ ਪੰਜਾਬ ਕਾਂਗਰਸ ਠੀਕ ਸੀਗੀ, ਕਦੋਂ ਪੰਜਾਬ ਕਾਂਗਰਸ ਦੇ ਹਾਲਾਤ ਵਿਗੜਨੇ ਸ਼ੁਰੂ ਹੋਏ, ਕਦੋਂ ਰਾਜਕੁਮਾਰ ਚੱਬੇਵਾਲ ਉਹਨਾਂ ਨੂੰ ਪਿੱਛੇ ਕਰ ਦਿੱਤਾ ਗਿਆ ਸਟੇਜ 'ਤੇ, ਕਿਹੜਾ ਲੀਡਰ ਸੀਗਾ ਜਿਹੜਾ ਪਿੱਛੇ ਕਰਦਾ ਸੀ? ਉਦੋਂ ਹੀ ਜਦੋਂ ਮੁੱਖ ਮੰਤਰੀ ਨਵੇਂ ਬਣੇ, ਹੋਰ ਮੁੱਖ ਮੰਤਰੀ ਦੇ ਚਿਹਰੇ, ਪਤਾ ਨਹੀਂ ਕਿੰਨੇ ਕੁ ਚਿਹਰੇ ਆ ਗਏ, ਸੋ ਸਾਰੇ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਆ, ਕੰਮ ਕੋਈ ਨਹੀਂ ਕਰਨਾ ਚਾਹੁੰਦਾ, ਅਤੇ ਹਾਲਾਤ ਜਿਹੜੇ ਉੱਧਰ ਵੀ ਕੋਈ ਵਧੀਆ ਨਹੀਂ, ਮਤਲਬ ਵੱਧ ਤੋਂ ਬਦਤਰ ਹੀ ਨਹੀਂ। ਤੁਹਾਡੇ ਤੋਂ ਕੌਣ ਇਨਸਕਿਓਰ ਹੋਇਆ ਹੈਗਾ? ਤੁਹਾਡੇ ਤੋਂ ਵੀ ਇਨਸਕਿਓਰ ਹੁੰਦੇ ਸੀ? ਹਰ ਬੰਦਾ ਲੀਡਰਸ਼ਿਪ ਦੀ ਲੜਾਈ। ਤੁਸੀਂ ਆਮ ਆਦਮੀ ਪਾਰਟੀ 'ਚ ਜਾਣ ਤੋਂ ਪਹਿਲਾਂ ਇਹਨਾਂ ਗੱਲਾਂ ਦੀ ਸ਼ਿਕਾਇਤ ਹਾਈਕਮਾਂਡ ਨੂੰ ਕੀਤੀ ਸੀਗੀ, ਫਿਰ ਜਦੋਂ ਆਮ ਆਦਮੀ ਪਾਰਟੀ 'ਚ ਚਲੇ ਗਏ, ਫਿਰ ਕਿਸੇ ਪੁਰਾਣੇ ਪਰਿਵਾਰ ਦੇ ਮੈਂਬਰ ਨੇ ਤੁਹਾਨੂੰ ਫੋਨ ਕੀਤਾ? ਹਾਂ ਬਿਲਕੁਲ, ਸਾਰੇ ਸਤਿਕਾਰਯੋਗ ਸਾਥੀ ਨੇ ਉਹਨਾਂ, ਉਹੀ ਸਾਥੀ ਜਿਹੜੇ ਪਹਿਲਾਂ ਬੰਦੇ ਨਹੀਂ ਸੀਗੇ, ਜਿਹੜੇ ਕਿਤੇ ਨਾ ਕਿਤੇ ਲੋਕਾਂ ਦਾ ਯਕੀਨ ਉੱਡਦਾ ਜਾ ਰਿਹਾ ਕਿ ਅਸੀਂ ਕਿਹਨੂੰ ਚੁਣਦੇ ਹਾਂ, ਲੀਡਰ ਦੇ ਮਗਰ ਕਿਹੜੇ ਵਰਕਰ ਕਿਹੜੀ ਪਾਰਟੀ ਨਾਲ ਲੱਗੇ ਰਹਿੰਦੇ ਨੇ, ਪਰ ਉਹ ਲੀਡਰ ਰਾਤੋਂ ਰਾਤ ਆਪਣਾ ਫੈਸਲਾ ਬਦਲ ਲੈਂਦਾ, ਉਹ ਪਾਰਟੀ ਵੀ ਬਦਲ ਲੈਂਦਾ, ਇਹਦਾ ਨੁਕਸਾਨ ਹੋਊਗਾ ਤੁਹਾਨੂੰ। ਤੁਸੀਂ ਵਿਧਾਨ ਸਭਾ ਗਏ, ਕਰਜ਼ੇ ਦੀ ਪੰਡ ਲੈ ਕੇ ਗਏ, ਲੋਕ ਤਾਂ ਵਾਰ ਵਾਰ ਤੁਹਾਡੇ ਅੱਗੇ ਤਸਵੀਰਾਂ ਰੱਖ ਹੀ ਰਹੇ ਹੋਣਗੇ ਨਾ ਚੱਬੇਵਾਲ ਸਾਹਿਬ, ਇਸ ਨੂੰ ਕਿੱਦਾਂ ਕਾਊਂਟਰ ਕਰੋਗੇ? ਦੇਖੋ, ਆਮ ਆਦਮੀ ਪਾਰਟੀ 'ਚ ਜਾਣ ਲਈ ਤੁਹਾਡੇ 'ਤੇ ਕੋਈ ਦਬਾਅ ਵੀ ਸੀਗਾ? ਉਹ ਤਾਂ ਕਹਿ ਰਹੇ ਨੇ ਕਿ ਤੁਸੀਂ ਗਰੀਬਾਂ ਦੇ ਘਰ ਤੁਸੀਂ ਘੁਟਾਲਾ ਕੀਤਾ, ਤੁਸੀਂ ਉਹ ਪੈਸੇ ਖਾ ਗਏ, ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਹ ਚੱਲ ਰਹੀ ਹੈ ਕਿ ਹੁਣ ਬੰਦ ਹੋ ਗਈ ਤੁਹਾਡੀ ਸਰਕਾਰ ਨਾਲ? ਉਹ ਤਾਂ 5 ਮਹੀਨੇ ਪਹਿਲਾਂ ਫਾਈਲ ਹੋ ਚੁੱਕੀ ਹੈ। ਜਿੱਦਾਂ ਹੀ ਤੁਸੀਂ ਪਾਰਟੀ ਜੁਆਇਨ ਕੀਤੀ, ਬਿਕਰਮ ਜੀਠੀਆ ਵਰਗੇ ਲੀਡਰ ਨੇ ਇਹ ਐਲੀਗੇਸ਼ਨ ਲਾ ਦਿੱਤਾ, ਉਸ ਤੋਂ ਬਾਅਦ ਤੁਹਾਡੀ ਸੀਟ, ਤੁਹਾਡੀ ਨੋਮੀਨੇਸ਼ਨ ਦੀ ਜਿਹੜਾ ਐਲਾਨ ਹੋਣਾ ਸੀਗਾ ਕਿ ਉਹਨੂੰ ਵੀ ਹੋਲਡ ਕਰ ਦਿੱਤਾ ਗਿਆ ਸੀਗਾ? ਬਿਲਕੁਲ ਨੋਟਡ। ਪਰ ਹੁਸ਼ਿਆਰਪੁਰ ਹਲਕਾ ਉਹ ਹੈ ਜਿਹੜਾ BJP ਦਾ ਗੜ੍ਹ ਮੰਨਿਆ ਜਾਂਦਾ, ਹੁਣ ਤੁਸੀਂ ਮੈਦਾਨ ਦੇ ਵਿੱਚ ਆਇਓ, ਤੁਹਾਨੂੰ ਨਹੀਂ ਡਰ ਲੱਗ ਰਿਹਾ ਕਿ BJP ਨਾਲ ਮੋਦੀ ਫੈਕਟਰ ਦੇ ਨਾਲ ਤੁਹਾਨੂੰ ਲੜਨਾ ਪਏਗਾ ਔਰ ਪਾਰਟੀ ਵੀ ਬਦਲ ਲਈ? ਪਰ ਤੁਹਾਡੇ ਹਲਕੇ ਦੇ ਲੋਕਾਂ 'ਚ ਇਹ ਇੰਪ੍ਰੈਸ਼ਨ ਹੋਏਗਾ ਨਾ, ਕਿਉਂਕਿ 2009, 2014, 2019 ਇਹ ਉਹ ਹਲਕਾ ਹੈ ਜਿਹਦੀ ਕੇਂਦਰ ਦੇ ਵਿੱਚ ਸਰਕਾਰ ਬਣਦੀ ਹੈ, ਇੱਥੋਂ ਦੀ ਮੰਤਰੀ ਵੀ ਬਣਦਾ ਇੱਥੋਂ ਦਾ ਹੀ। ਬਾਕੀ ਤੁਹਾਡੇ ਮੂੰਹ 'ਚ ਮੈਂ ਸਮਝਦਾ ਕਿ ਘਿਓ ਸ਼ੱਕਰ ਹੈ ਕਿ ਆਪਾਂ ਜਿੱਤਾਂਗੇ ਵੀ ਔਰ ਸਰਕਾਰ ਵੀ ਇੰਡੀਆ ਬਲੌਕ ਦੀ ਬਣੂਗੀ ਅਤੇ ਮੰਤਰੀ ਵੀ ਬਣਾਂਗੇ, ਉਮੀਦ ਤੁਹਾਨੂੰ ਵੀ ਹੈ? ਹਰ ਰਾਜਕੁਮਾਰ ਚੱਬੇਵਾਲ ਨੂੰ ਉਮੀਦ ਹੈ ਜਿਹੜਾ ਇੰਡੀਆ ਬਲੌਕ ਦੀ ਸਰਕਾਰ ਬਣੇਗੀ ਔਰ ਉਹਨਾਂ ਨੂੰ ਵਜ਼ਾਰਤ ਦੇ ਵਿੱਚ, ਕੈਬਨਿਟ ਦੇ ਵਿੱਚ ਜਗ੍ਹਾ ਵੀ ਮਿਲੇਗੀ ਜਾਂ ਮੰਤਰੀ ਪਰਿਸ਼ਦ ਦੇ ਵਿੱਚ। ਫਿਰ ਲੋਕਾਂ ਦੇ ਅੰਦਰ ਇਹ ਵੀ ਸਵਾਲ ਹੈ ਕਿ ਉੱਥੇ ਦਿੱਲੀ 'ਚ ਤਾਂ ਤੁਸੀਂ ਇੱਕ ਦੂਜੇ ਦਾ ਹੱਥ ਫੜ ਲੈਂਦੇ ਹੋ, ਇੱਥੇ ਤੁਸੀਂ ਇੱਕ ਦੂਜੇ ਦੇ ਗੱਲ ਪੈਣ ਨੂੰ ਫਿਰਦੇ ਹੋ। ਇੰਡੀਆ ਬਲੌਕ ਦੀ ਸਰਕਾਰ ਬਣਦੀ ਹੈ ਫਿਰ ਤੁਸੀਂ PM ਕਿਹਨੂੰ ਦੇਖਣਾ ਚਾਹੋਗੇ? ਤੁਸੀਂ ਵਿਧਾਇਕੀ ਤੋਂ ਰਿਜ਼ਾਈਨ ਦਿੱਤਾ ਆਮ ਆਦਮੀ ਪਾਰਟੀ ਜੁਆਇਨ ਕਰਨ 'ਤੇ, ਕਿਉਂ ਦਿੱਤਾ? ਕਹਿਣਾ ਜੀ ਮੈਂ ਇੱਧਰ ਵੀ ਰਹਿਣਾ ਚਾਹੁੰਦਾ, ਇੱਧਰ ਵੀ ਰਹਿਣਾ ਚਾਹੁੰਦਾ, ਉਹ ਕੰਮ ਜਿਹੜਾ ਉਹ ਮੇਤੋਂ ਹੋ ਨਹੀਂ ਸਕਦਾ। ਆਪਣੇ ਪੁਰਾਣੇ ਸਾਥੀਆਂ ਨੂੰ ਕੋਈ ਸਾਡੇ ਜ਼ਰੀਏ ਕੋਈ ਸਲਾਹ ਮਸ਼ਵਰਾ ਦੇਣਾ ਚਾਹੁੰਦਾ? ਨਹੀਂ, ਮੈਂ ਪੁਰਾਣੇ ਸਾਥੀਆਂ ਨੂੰ ਇਹੀ, ਪੁਰਾਣੇ ਪਰਿਵਾਰ ਨੂੰ ਇਹੀ ਕਹਿਣਾ ਚਾਹੁੰਦਾ, ਆਈ ਜਸਟ
ਵਾਂਟ ਟੂ ਵਿਸ਼ ਦੇਮ ਆਲ ਦਾ ਬੈਸਟ। ਆਮ ਤੌਰ 'ਤੇ ਪੰਜਾਬ ਦੇ ਵਿੱਚ ਚਰਚਾ ਰਹਿੰਦੀ ਹੈ ਕਿ ਲੋਕ ਸਭਾ ਇਲੈਕਸ਼ਨਸ ਦਾ ਕੋਈ ਬਹੁਤ ਜ਼ਿਆਦਾ ਕਰੇਜ਼ ਨਹੀਂ ਹੁੰਦਾ ਪੰਜਾਬ ਦੇ ਵਿੱਚ, ਪਰ ਇਸ ਵਾਰ 2024 ਦੇ ਵਿੱਚ ਲੋਕ ਸਭਾ ਇਲੈਕਸ਼ਨਸ ਪੰਜਾਬ ਦੇ ਵਿੱਚ ਪੂਰਾ ਤੜਕਾ ਲਗਾ ਰਹੇ ਨੇ। ਇਹ ਚਰਚਾ ਸਭ ਤੋਂ ਵੱਧ ਉਦੋਂ ਵੱਧਦੀ ਹੈ ਜਦੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ, ਔਰ ਆਮ ਆਦਮੀ ਪਾਰਟੀ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਰਾਜ ਕੁਮਾਰ ਚੱਬੇਵਾਲ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਦੇ ਨੇ। ਹੁਣ ਇਹ ਅੱਗੇ ਕੀ ਰੁੱਖ ਲਏਗਾ ਇਲੈਕਸ਼ਨ, ਰਾਜ ਕੁਮਾਰ ਚੱਬੇਵਾਲ ਉਹਨਾਂ ਦੀ ਕੀ ਤਿਆਰੀ ਹੈ, ਇਹ ਸਾਰੇ ਪਹਿਲੂਆਂ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਖੁਦ ਰਾਜ ਕੁਮਾਰ ਚੱਬੇਵਾਲ ਜੀ ਮੌਜੂਦ ਨੇ। ਚੱਬੇਵਾਲ ਸਾਹਿਬ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀ ਵੀ 'ਤੇ। ਥੈਂਕ ਯੂ ਜੀ, ਧੰਨਵਾਦ। ਚਰਚਾ ਮੈਨੂੰ ਲੱਗਦਾ ਕਿ ਤੁਹਾਡੇ ਤੋਂ ਹੀ ਸ਼ੁਰੂ ਹੋਈ ਸੀਗੀ ਇਸ ਇਲੈਕਸ਼ਨ ਦੀ। ਆਮ ਤੌਰ 'ਤੇ ਲੋਕ ਸਭਾ ਇਲੈਕਸ਼ਨ ਥੋੜ੍ਹਾ ਠੰਡਾ ਠੰਡਾ ਜਿਹਾ ਨਜ਼ਰ ਆਉਂਦਾ ਹੈ ਪੰਜਾਬ ਦਾ, ਪਰ ਜਦੋਂ ਤੁਸੀਂ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ, ਕਾਂਗਰਸ ਨੂੰ ਅਲਵਿਦਾ ਕਿਹਾ, ਤਾਂ ਚਰਚਾ ਵੱਧ ਗਈ, ਇਹ ਇਲੈਕਸ਼ਨ ਵੀ ਥੋੜ੍ਹਾ ਜਿਹਾ ਗਰਮ ਹੋ ਗਿਆ, ਪਰ ਤੁਸੀਂ ਕੀ ਮਹਿਸੂਸ ਕਰ ਰਹੇ ਹੋ, ਤੁਹਾਡੀ ਤਿਆਰੀ ਕਿੰਨੀ ਕੁ ਹੋ ਗਈ ਇਸ ਵੇਲੇ? ਸਭ ਤੋਂ ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਦੇ ਸਾਡੇ ਸੁਪਰੀਮੋ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ, ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ, ਔਰ ਜਨਰਲ ਸੈਕਟਰੀ ਇੰਚਾਰਜ ਸੰਦੀਪ ਪਾਠਕ ਜੀ, ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਸਤਿਕਾਰ ਦਿੱਤਾ, ਔਰ ਜਿਨ੍ਹਾਂ ਨੇ ਬਿਲਕੁਲ ਬਹੁਤ ਵੱਡੀ ਜ਼ਿੰਮੇਵਾਰੀ ਦੇ ਨਾਲ ਮੈਨੂੰ ਨਿਵਾਜਿਆ, ਅਤੇ ਮੈਂ ਉਹਨਾਂ ਨੂੰ ਵੀ ਇਹ ਭਰੋਸਾ ਦਵਾਉਂਦਾ, ਸਾਰੀ ਟੀਮ ਨੂੰ ਭਰੋਸਾ ਦਵਾਉਂਦਾ ਕਿ ਜੋ ਅਹਿਮ ਜ਼ਿੰਮੇਵਾਰੀ, ਜੋ ਅਹਿਮ ਵਿਸ਼ਵਾਸ ਮੇਰੇ 'ਚ ਪ੍ਰਗਟਾਇਆ, ਅਤੇ ਉਹ ਭੂਮਿਕਾ ਜਿਹੜੀ ਮੈਂ ਬੜੀ ਤਨਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਉਹ ਸੇਵਾ ਨਿਭਾਵਾਂਗਾ। ਆਮ ਆਦਮੀ ਪਾਰਟੀ ਨੇ ਤੁਹਾਡੇ 'ਤੇ ਭਰੋਸਾ ਜਿਤਾਇਆ, ਪਰ ਤੁਸੀਂ ਮੈਦਾਨ ਦੇ ਵਿੱਚ ਜਾਣਾ, ਨਵੀਂ ਪਾਰੀ ਸ਼ੁਰੂ ਕੀਤੀ ਹੈ ਨਵੀਂ ਟੀਮ ਦੇ ਵਿੱਚੋਂ, ਲੋਕ ਭਰੋਸਾ ਜਿਤਾਉਣਗੇ ਤੁਹਾਡੇ 'ਤੇ? ਜਿੱਥੇ ਤੱਕ ਮੈਂ ਜਿੰਨਾ ਕੁ ਜੁਆਇਨ ਕਰਨ ਤੋਂ ਬਾਅਦ, ਟਿਕਟ ਤੋਂ ਬਾਅਦ ਆਪਣੇ ਲੋਕਾਂ ਨੂੰ ਕੌਂਸਟੀਚੁਐਂਸੀ ਮੇਰੀ ਜਿਹੜੀ ਆ ਚੱਬੇਵਾਲ, ਉਹਦੇ ਵਿੱਚ ਮਿਲਿਆ, ਮੀਟਿੰਗਸ ਵੀ ਉਹਨਾਂ ਨੇ ਲਈਆਂ, ਗੱਲਬਾਤ ਵੀ ਫੋਨ 'ਤੇ ਲਗਾਤਾਰ ਚੱਲਦੀ ਰਹੀ ਹੈ, ਪਰ ਮੈਨੂੰ ਇਹ ਸਭ ਤੋਂ ਪਹਿਲਾਂ ਤਾਂ ਪੂਰੀ ਉਮੀਦ ਹੈ ਕਿ ਜਿਹੜਾ ਸਾਡਾ ਪੁਰਾਣਾ ਜਿੰਨੇ ਸਾਡੇ ਸਾਥੀ ਨੇ, ਜਿਹੜੇ ਡੇ 1 ਤੋਂ ਚੱਲੇ ਹੋਏ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਇੱਥੋਂ ਤੱਕ ਕਿ ਬਹੁਤ ਹੀ ਕੱਟੜ ਪਰਿਵਾਰ ਜਿਹੜੇ ਕਹਿੰਦੇ ਵੀ ਅਸੀਂ ਬਹੁਤ ਦੇਰ ਤੋਂ ਬਜ਼ੁਰਗ, ਕਈ ਪੀੜ੍ਹੀਆਂ ਜਿਹੜੇ ਚੱਲੀਆਂ, ਉਹ ਵੀ ਬਜ਼ੁਰਗਾਂ ਨੇ ਜਦੋਂ ਸਮਰਥਨ ਦਿੱਤਾ, ਜਦੋਂ ਆਸ਼ੀਰਵਾਦ ਦਿੱਤਾ, ਤਾਂ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮਹਿਸੂਸ ਕਰਦਾ, ਔਰ ਕੰਮ ਕੀਤੇ ਵੀ ਆ, ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਪਰ ਉਹਨਾਂ ਕੰਮਾਂ ਦੇ ਨਾਲ ਨਾਲ ਜਿਸ ਤਰ੍ਹਾਂ ਨਾਲ ਉਹਨਾਂ ਨੇ ਮੇਰੇ 'ਤੇ ਵਿਸ਼ਵਾਸ ਪ੍ਰਗਟਾਇਆ, ਉਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਔਰ ਇਸ ਤੋਂ ਇਲਾਵਾ ਜਦੋਂ ਇੱਕ ਪਰਿਵਾਰ ਤੋਂ ਆਪਾਂ ਦੂਸਰੇ ਪਰਿਵਾਰ ਦੇ ਵਿੱਚ ਜਾਂਦੇ ਹਾਂ, ਅਤੇ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਸੰਗਠਨ ਦੀ, ਕਾਰਿਆਕਰਤਾਵਾਂ ਦੀ, ਜਾਂ ਉਹਨਾਂ ਦੀ ਲੀਡਰਸ਼ਿਪ ਦੀ, ਮੰਤਰੀ ਤੋਂ ਲੈ ਕੇ ਮੰਤਰੀ, ਵਿਧਾਇਕ, ਹਲਕਾ ਇੰਚਾਰਜਿਸ, ਬਲੋਕ ਪ੍ਰਧਾਨ, ਤੁਹਾਡੇ ਜਿਹੜੇ ਸੈਕਰੇਟਰੀ ਹੈ, ਜਾਂ ਪਿੰਡਾਂ ਦੀਆਂ ਕਮੇਟੀਆਂ, ਬੂਥ ਕਮੇਟੀ ਜਿੰਨੀਆਂ ਬਣੀਆਂ, ਕੌਂਸਲਰਸ ਨੇ, ਸਾਰਿਆਂ ਨੇ ਬੜੀਆਂ ਖੁੱਲ੍ਹੀਆਂ ਬਾਹਾਂ ਦੇ ਨਾਲ ਸਵਾਗਤ ਕੀਤਾ। ਔਰ ਮੈਂ ਖਾਸ ਤੌਰ 'ਤੇ ਇਸ ਪਾਰਟੀ ਦੇ ਵਿੱਚ ਆਪਣੀ ਜਿਹੜੀ ਨਵਾਂ ਪਰਿਵਾਰ ਹੈ, ਇਸ ਦੇ ਵਿੱਚ ਮੈਂ ਇਹ ਦੇਖ ਰਿਹਾ ਕਿ ਜਿਹੜਾ ਇੱਕ ਹੈ, ਜਿਹੜਾ ਸੰਗਠਨ ਹੈ, ਉਹ ਬਹੁਤ ਮਜ਼ਬੂਤ ਹੈ, ਮੰਨਣ ਮਨਾਉਣ ਵਾਲਾ ਕੰਮ ਜਿਹੜਾ ਉਹ ਬਹੁਤਾ ਨਹੀਂ ਆ, ਜਿਹੜੀਆਂ ਧੜੇਬੰਦੀ ਬਹੁਤੀ ਜ਼ਿਆਦਾ ਨਹੀਂ ਆ। ਸੋ ਇਸ ਕਰਕੇ ਮੈਨੂੰ ਡਿਕਟੇਟਰਸ਼ਿਪ ਤਾਂ ਨਹੀਂ ਚੱਲਦੀ, ਡਿਕਟੇਟਰਸ਼ਿਪ ਤਾਂ ਨਹੀਂ ਚੱਲਦੀ, ਜਿੱਥੇ ਤੱਕ ਮੈਂ ਹੁਣ ਤੱਕ ਜਿੰਨਾ ਵੀ ਮੇਰੇ ਕੁਛ ਦਿਨਾਂ ਦਾ ਤਜ਼ਰਬਾ ਹੈ, ਲਗਭਗ 15 ਕੁ ਦਿਨ ਦਾ ਤਜ਼ਰਬਾ ਹੋਣਾ ਹਾਰਡਲੀ, ਪਰ ਉਸ ਦੇ ਵਿੱਚ ਮੈਨੂੰ ਬਹੁਤ ਅੱਛਾ ਮਾਹੌਲ ਲੱਗਿਆ, ਜੇ ਡਿਸਿਪਲਿਨ ਤਾਂ ਹਰ ਪਾਰਟੀ ਦੇ ਵਿੱਚ ਹੋਣਾ ਚਾਹੀਦਾ, ਆਈ ਰਿਸਪੈਕਟ ਦਾ ਡਿਸਿਪਲਿਨ, ਪਰ ਇਹ ਵੀ ਕੋਈ ਐਸੀ ਰੋਕ ਟੋਕ ਜਾਂ ਕੋਈ ਮਨਾਹੀ ਹਜੇ ਤੱਕ ਨਹੀਂ ਮਿਲਦੀ, ਪਰ ਐਟ ਦਾ ਸੇਮ ਟਾਈਮ ਜਿਹੜੇ ਕੰਮ ਅਸੀਂ ਟਿਕਟ ਲੈਣ ਤੋਂ ਬਾਅਦ ਆਪ ਕਰਨੇ ਹੁੰਦੇ ਆ, ਜਿਸ ਤਰ੍ਹਾਂ ਅਸੀਂ ਸਾਰੇ MLAs ਨੂੰ ਬੁਲਾਉਣਾ ਹੁੰਦਾ, ਇਕੱਠੇ ਕਰਨਾ ਹੁੰਦਾ,
ਬੈਠਣਾ ਹੁੰਦਾ, ਉਹਨਾਂ ਦੀ ਕੋਆਰਡੀਨੇਸ਼ਨ ਡਿਵੈਲਪ ਕਰਨੀ ਹੁੰਦੀ ਹੈ। ਮੈਂ ਬਹੁਤ ਖੁਸ਼ ਹਾਂ ਵੀ ਜਿਹੜਾ ਪੁਰਾਣੇ ਪਰਿਵਾਰ ਦੀ ਜੇਕਰ ਪੁਰਾਣੀ ਪਾਰਟੀ ਦੀ ਗੱਲ ਕਰਾਂ, ਉੱਥੇ ਸਾਨੂੰ ਸਾਰਾ ਸਮਾਂ ਜਿਹੜਾ, ਸਾਰੀ ਐਨਰਜੀ ਇਸ 'ਤੇ ਵੇਸਟ ਹੋ ਜਾਂਦੀ ਸੀ। ਪਰ ਮੈਂ ਹੈਰਾਨ ਹਾਂ, ਖੁਸ਼ ਹਾਂ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪਿੱਛੇ ਮੀਟਿੰਗਸ ਲਈਆਂ ਗਈਆਂ, ਔਰ ਸਾਡੇ ਜਿਹੜੇ ਸੰਦੀਪ ਪਾਠਕ ਜੀ ਹੈ ਸੰਗਠਨ ਦੇ ਜਿਹੜੇ ਮੁਖੀ ਨੇ, ਦੇਖ ਰਹੇ ਨੇ, ਉਹਨਾਂ ਵੱਲੋਂ ਸਾਰੇ ਵਿਧਾਇਕਾਂ ਨੂੰ ਬੁਲਾ ਕੇ। ਥੋੜ੍ਹਾ ਪ੍ਰੋਫੈਸ਼ਨਲ ਮਹਿਸੂਸ ਕਰ ਰਹੇ ਹੋ ਤੁਸੀਂ ਕਿ ਆਮ ਆਦਮੀ ਪਾਰਟੀ ਪ੍ਰੋਫੈਸ਼ਨਲ ਵੇ ਨਾਲ ਕੰਮ ਕਰ ਰਹੀ ਹੈ? ਪ੍ਰੋਫੈਸ਼ਨਲ, ਔਰ ਪੂਰਾ ਉਹਨਾਂ ਨੂੰ ਚਾਰਜ ਕੀਤਾ ਜਾਂਦਾ ਔਰ ਪੂਰਾ ਇੱਕ ਮਿਸ਼ਨ ਦਿੱਤਾ ਜਾਂਦਾ। ਸੋ ਮੈਂ ਆਈ ਐਮ ਹੈਪੀ ਵਿਦ ਦਾ ਡਿਸਿਪਲਿਨ ਆਫ ਦ ਪਾਰਟੀ। ਤੁਸੀਂ ਖੁਸ਼ ਹੋ? ਬਹੁਤ ਖੁਸ਼ ਹਾਂ। ਇਹ ਤਾਂ ਤੁਸੀਂ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਉਦੋਂ ਤੁਸੀਂ ਉਹਨਾਂ ਦਾ ਰਵੱਈਆ ਦੇਖਿਆ, ਉਦੋਂ ਉਹਨਾਂ ਦਾ ਸਿਸਟਮ ਤੁਸੀਂ ਦੇਖਿਆ, ਪਹਿਲਾਂ ਤੁਸੀਂ ਕਿਉਂ ਖਫਾ ਹੋਏ ਕਾਂਗਰਸ ਤੋਂ, ਕਿਉਂ ਆਮ ਆਦਮੀ ਪਾਰਟੀ ਵੱਲ ਜਾਣ ਦਾ ਤੁਸੀਂ ਸੋਚਿਆ ਸੀਗਾ? ਕੀ ਤੁਹਾਨੂੰ ਅਟਰੈਕਟ ਕੀਤਾ ਆਮ ਆਦਮੀ ਪਾਰਟੀ ਵੱਲੋਂ? ਕਾਂਗਰਸ ਪਾਰਟੀ ਦੇ ਵਿੱਚ ਕਰੀਬ ਕਰੀਬ ਮੈਨੂੰ 12 ਕੁ ਸਾਲ ਤਾਂ ਹੋ ਹੀ ਗਏ ਨੇ। 12 ਸਾਲ ਮੈਂ ਉਸ ਪਰਿਵਾਰ ਦੇ ਵਿੱਚ ਰਿਹਾ ਅਤੇ ਵਿਧਾਇਕ ਵੀ ਬਣਿਆ, ਬੜੀ ਤਰੱਕੀ ਵੀ ਕੀਤੀ, ਆਪਣੀਆਂ ਐਫਰਟਸ ਵੀ ਮੇਰੀਆਂ ਬਹੁਤ ਰਹੀਆਂ। ਪਰ ਮੈਨੂੰ ਪਰਿਵਾਰ ਦੇ ਵਿੱਚ ਜਿਹੜਾ ਡਿਸਿਪਲਿਨ ਨਾਮ ਦੀ ਚੀਜ਼ ਜਿਹੜੀ ਆ, ਉਹ ਰਾਈਟ ਫਰੋਮ ਦਾ ਬਿਗਨਿੰਗ ਕੋਈ ਜਿਹੜਾ ਡਿਸਿਪਲਿਨ ਕੋਈ ਨਹੀਂ ਆ। ਕੋਈ ਵੀ ਆਪਣੀ ਗੱਲ ਆਪਣੇ ਅੰਦਾਜ਼ ਦੇ ਵਿੱਚ ਜਦੋਂ ਮਰਜ਼ੀ ਕਹਿ ਰਿਹਾ, ਕਿਸੇ ਵੀ ਪਲੇਟਫਾਰਮ 'ਤੇ ਕਹਿ ਰਿਹਾ, ਔਰ ਇਸ ਤੋਂ ਵੀ ਵੱਧ ਜਿਹੜਾ ਧੜੇਬੰਦੀ ਜਿਹੜੀ ਪਾਰਟੀ ਦੇ ਵਿੱਚ, ਠੀਕ ਹੈ ਹਰ ਪਾਰਟੀ ਦੇ ਵਿੱਚ ਧੜੇਬੰਦੀ ਹੁੰਦੀ ਹੈ, ਪਰ ਇੰਨੀ ਜ਼ਿਆਦਾ ਧੜੇਬੰਦੀ ਕਿ ਉਸ ਧੜੇਬੰਦੀ ਦੇ ਵਿੱਚ ਤੁਹਾਡੀ ਜਿਹੜੀ ਲੀਡਰਸ਼ਿਪ ਹੈ ਜਦੋਂ ਉਹੀ ਖਤਮ ਹੋਣ ਲੱਗ ਪਵੇ, ਤਾਂ ਮੈਂ ਸਮਝਦਾ ਕਿ ਉਸ ਪਰਿਵਾਰ ਦੇ ਵਿੱਚ ਰਹਿਣ ਦਾ ਜਿਹੜਾ ਉਹ ਕੋਈ ਤੁੱਕ ਨਹੀਂ ਹੁੰਦਾ। ਔਰ ਜਦੋਂ ਤੁਸੀਂ, ਤੁਹਾਨੂੰ ਇੰਨਾ ਪਾਰਟੀ ਹਾਈਕਮਾਂਡ ਮਾਣ ਸਤਿਕਾਰ ਵੀ ਦਿੰਦੀ ਹੈ, ਔਰ ਜਦੋਂ ਤੁਸੀਂ ਆਪਣੇ ਸੂਬਾ ਪੱਧਰ 'ਤੇ ਆਉਂਦੇ ਆ ਅਤੇ ਉਦੋਂ ਕਿਤੇ ਨਾ ਕਿਤੇ ਉਹੀ ਗੱਲ ਨਾ, ਉਸ ਸਤਿਕਾਰ ਨਹੀਂ ਮਿਲਦਾ। ਮੈਂ ਡਿਪਟੀ ਲੀਡਰ ਸੀ। ਉਸ ਪਰਿਵਾਰ ਨੇ ਤੁਹਾਨੂੰ ਲੋਕ ਸਭਾ ਇਲੈਕਸ਼ਨ 'ਚ ਵੀ ਉਤਾਰਿਆ, ਉਸ ਪਰਿਵਾਰ ਨੇ 2 ਵਾਰੀ MLA ਦੀ ਟਿਕਟ ਵੀ ਤੁਹਾਨੂੰ ਦਿੱਤੀ, ਡਿਪਟੀ ਲੀਡਰ ਵੀ ਬਣਾਇਆ, ਉਸ ਪਰਿਵਾਰ ਨੇ ਤੁਹਾਨੂੰ ਤਾਂ ਸਭ ਕੁਝ ਦਿੱਤਾ ਹੀ ਹੈ, ਫਿਰ ਤੁਹਾਨੂੰ ਕੀ ਮੁਸ਼ਕਲ ਆਈ ਉੱਥੇ? ਉਸ ਪਰਿਵਾਰ ਨੇ ਸਾਨੂੰ ਕੁਝ ਦਿੱਤਾ ਅਤੇ ਅਸੀਂ ਵੀ ਆਪਣੀ ਜਿਹੜੀ ਪੂਰੀ ਐਨਰਜੀ ਹੈ ਪੂਰਾ ਵੀ, ਮੇਰਾ ਖਿਆਲ ਜਿੰਨਾ ਕੁ ਅੱਜ ਤੱਕ ਪੈਸਾ ਵੀ ਕਮਾਇਆ ਅਤੇ ਹਰ ਤਰ੍ਹਾਂ ਦੀ ਐਨਰਜੀ ਮਤਲਬ ਅਸੀਂ ਪਰਿਵਾਰ 'ਤੇ ਅਸੀਂ ਵੀ ਲਾਈ ਹੈ। ਅਸੀਂ ਵੀ ਉਸ ਪਰਿਵਾਰ ਦਾ ਨਾਮ ਜਿਹੜਾ, ਉਹ ਸੀਟ ਜਿੱਥੇ ਕਾਂਗਰਸ ਪਿਛਲੇ 45 ਸਾਲ ਤੋਂ ਜਿੱਤੀ ਨਹੀਂ ਸੀ, 72 ਤੋਂ ਬਾਅਦ ਉਹ 17 ਦੇ ਵਿੱਚ ਜਿਹੜੀ ਆ ਉਹ ਸੀਟ ਮੈਨੂੰ ਸਾਡੇ ਲੋਕਾਂ ਨੇ ਪਿਆਰ ਦਿੱਤਾ ਜਿਤਾਈ, ਔਰ 22 ਦੇ ਵਿੱਚ ਵੀ ਜਦੋਂ ਐਡੀ ਵੱਡੀ ਸੁਨਾਮੀ ਸੀ ਅਤੇ ਜਦੋਂ ਪਰਿਵਾਰ ਜਿਹੜਾ ਉਹ ਕਿਸੇ ਨੂੰ ਜਿਤਾ ਨਹੀਂ ਸਕਿਆ, ਬੜੇ ਬੜੇ ਬਾਬਾ ਬੋਰਡ ਜਿਹੜੇ ਉਹ ਹਿੱਲ ਗਏ, ਅਤੇ ਉਹਨਾਂ ਹਾਲਾਤਾਂ ਦੇ ਵਿੱਚ ਵੀ ਅਸੀਂ ਜਿੱਤੇ ਹਾਂ, ਕਿਉਂਕਿ ਸਾਡਾ ਮੇਰਾ ਆਪਣਾ ਯੋਗਦਾਨ, ਸਾਡੀ ਟੀਮ ਦਾ ਯੋਗਦਾਨ ਵੀ ਜਿਹੜਾ ਉਹ ਕਿਤੇ ਨਾ ਕਿਤੇ ਪਾਰਟੀ ਤੋਂ ਜ਼ਿਆਦਾ ਹਮੇਸ਼ਾ ਰਿਹਾ। ਪਰ ਜਦੋਂ ਤੁਸੀਂ ਇੱਕ ਮੁਕਾਮ ਹਾਸਲ ਕਰਦੇ ਹਾਂ, ਤੁਹਾਨੂੰ ਇੱਕ ਡੈਪਟੀ ਲੀਡਰ ਬਣਾਇਆ ਜਾਂਦਾ, ਔਰ ਡੈਪਟੀ ਲੀਡਰ ਦਾ ਮਤਲਬ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਜੇ ਤੁਸੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਗਠਨ ਦੀ ਗੱਲ ਕਰੋ ਅਤੇ ਜਾਂ ਲੀਡਰਸ਼ਿਪ ਦੀ ਗੱਲ ਕਰੋ, ਤਾਂ 4 ਲੀਡਰ ਜਿਹੜੇ ਉਹ ਟੌਪ 'ਤੇ ਹੀ ਹੁੰਦੇ ਆ, ਪ੍ਰਧਾਨ, ਵਰਕਿੰਗ ਪ੍ਰੈਜੀਡੈਂਟ, LOP ਅਤੇ ਡੈਪਟੀ LOP। ਅਤੇ ਤੁਸੀਂ ਡੈਪਟੀ LOP ਨੂੰ ਪੁੱਛਦੇ ਹੀ ਨਹੀਂ, ਤੁਹਾਡੇ 20-20 ਫੰਕਸ਼ਨ ਹੋ ਜਾਂਦੇ, ਤੁਸੀਂ ਇੱਕ ਫੰਕਸ਼ਨ ਜਦੋਂ ਦਿਲ ਕਰਦਾ ਬੁਲਾ ਲੈਂਦੇ, ਜੀ ਆਇਓ ਜੀ। ਔਰ ਗੱਲ ਤਾਂ ਇਹ ਵੀ ਜਦੋਂ ਤੁਹਾਡਾ ਕਿਤੇ ਵੀ ਤੁਸੀਂ ਉਹਨੂੰ ਮਾਣ ਸਤਿਕਾਰ ਦੇਣਾ ਹੁੰਦਾ, ਬੋਲਣ ਤੱਕ ਨਹੀਂ ਦਿੱਤਾ ਜਾਂਦਾ। ਸੋ ਮੈਂ ਸਮਝਦਾ ਕਿ ਇਹ ਜਿਹੜੀ ਸਾਨੂੰ ਇਹ ਥੋੜ੍ਹਾ ਜਿਹਾ ਮੈਂ ਹੋਰ ਵਿਸਤਾਰ ਨਾਲ ਜਾਣਨਾ ਚਾਹਾਂਗਾ, ਤੁਹਾਡੇ ਪੁਰਾਣੇ ਪਰਿਵਾਰ ਦੇ ਨਵੇਂ ਪਰਿਵਾਰ 'ਤੇ ਵੀ ਆਵਾਂਗਾ। ਕੌਣ ਕਰਦਾ ਸੀਗਾ? ਨਵੀਂ ਸਾਰੀ ਪ੍ਰਧਾਨਗੀ ਨਵੀਂ ਆ ਗਈ, ਸਾਰੀ ਟੀਮ ਕਾਂਗਰਸ ਦੀ ਪੰਜਾਬ ਦੀ ਨਵੀਂ ਆ ਗਈ, ਕਦੋਂ ਤੱਕ ਪੰਜਾਬ ਕਾਂਗਰਸ ਠੀਕ ਸੀਗੀ, ਕਦੋਂ ਪੰਜਾਬ ਕਾਂਗਰਸ ਦੇ ਹਾਲਾਤ ਵਿਗੜਨੇ ਸ਼ੁਰੂ ਹੋਏ, ਕਦੋਂ ਰਾਜਕੁਮਾਰ ਚੱਬੇਵਾਲ ਉਹਨਾਂ ਨੂੰ ਪਿੱਛੇ ਕਰ ਦਿੱਤਾ ਗਿਆ ਸਟੇਜ 'ਤੇ, ਕਿਹੜਾ ਲੀਡਰ ਸੀਗਾ ਜਿਹੜਾ ਪਿੱਛੇ ਕਰਦਾ? ਮੈਂ ਜੇਕਰ ਕਾਂਗਰਸ ਦੇ ਵਿੱਚ ਗੱਲ ਕਰਾਂ ਤਾਂ ਕੈਪਟਨ ਅਮਰਿੰਦਰ ਜਿਹੜਾ ਹੀ ਹੈਡ ਆ ਲੀਡਰਸ਼ਿਪ ਕੁਆਲਿਟੀਜ਼, ਉਸ ਨੇ ਉਹਨਾਂ ਨੇ
ਉਹਨਾਂ ਦੀ ਲੀਡਰਸ਼ਿਪ ਅੰਡਰ ਵੀ ਡਿਸਿਪਲਿਨ ਜਿਹੜਾ ਪਾਰਟੀ ਦੇ ਵਿੱਚ ਕਾਫੀ ਹੱਦ ਤੱਕ ਰਿਹਾ ਔਰ ਪਾਰਟੀ ਤਦ ਤੱਕ ਜਿਹੜੀ ਬਹੁਤ ਵਧੀਆ ਚੱਲਦੀ ਰਹੀ। ਜਿਸ ਤਰ੍ਹਾਂ ਹੀ ਚੇਂਜ ਆਫ ਲੀਡਰਸ਼ਿਪ ਹੋਇਆ ਉਦੋਂ ਹੀ ਜਦੋਂ ਮੁੱਖ ਮੰਤਰੀ ਨਵੇਂ ਬਣੇ, ਹੋਰ ਮੁੱਖ ਮੰਤਰੀ ਦੇ ਚਿਹਰੇ ਪਤਾ ਨਹੀਂ ਕਿੰਨੇ ਕੁ ਚਿਹਰੇ ਆ ਗਏ। ਸੋ ਸਾਰੇ ਤਾਂ ਮੁੱਖ ਮੰਤਰੀ ਬਣਨਾ ਚਾਹੁੰਦੇ ਆ, ਕੰਮ ਕੋਈ ਨਹੀਂ ਕਰਨਾ ਚਾਹੁੰਦਾ। ਔਰ ਉਸ ਤੋਂ ਬਾਅਦ ਜਦੋਂ ਸਿਸਟਮ ਸਪੋਇਲ ਹੋਣਾ ਸ਼ੁਰੂ ਹੋਇਆ ਅਤੇ ਉਹ ਅੱਜ ਤੱਕ ਜਿਹੜਾ ਉਹ ਇਨਡਿਸਿਪਲਿਨ ਵੀ ਹੈ, ਧੜੇਬੰਦੀ ਵੀ ਆ, ਹਰ ਚੀਜ਼ ਜਿਹੜੀ ਹੈ ਇਸ ਤਰ੍ਹਾਂ ਚੱਲੀ ਬੇਰੋਕ ਟੋਕ, ਔਰ ਹਾਈਕਮਾਂਡ ਵੱਲੋਂ ਵੀ ਟਾਈਮ ਸਿਰ ਇੰਟਰਫੀਅਰ ਨਾ ਕਰਨਾ, ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਉਸ ਪਰਿਵਾਰ ਨੂੰ ਜਿਹੜਾ ਉਹ ਮਤਲਬ ਡਿਸਟਰਕਸ਼ਨ ਵੱਲ ਲੈ ਜਾਂਦੀਆਂ, ਸੈਲਫ ਡਿਸਟਰਕਸ਼ਨ ਵੱਲ ਲੈ ਜਾਂਦੀਆਂ। ਜਦੋਂ ਕਿ ਅੱਜ ਕੰਪੀਟੀਸ਼ਨ ਇੰਨਾ ਵੱਡਾ ਕੰਪੀਟੀਸ਼ਨ ਹੈ, ਜਦੋਂ ਕਿ ਅੱਜ ਇਕੱਠੇ ਚੱਲ ਕੇ ਇਕੱਠੇ ਲੜਨ ਦਾ ਜਿਹੜਾ ਉਹ ਯੁੱਗ ਹੈ। ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਇਹਨਾਂ ਦੇ ਵਿੱਚੋਂ ਤੁਹਾਨੂੰ ਫਿਰ ਵਿਲਨ ਮੈਚ ਦਾ ਕੌਣ ਲੱਗ ਰਿਹਾ ਜਿਹਦੀ ਵਜ੍ਹਾ ਨਾਲ ਕਾਂਗਰਸ ਦੀ ਪਰਫੋਰਮੈਂਸ ਨਹੀਂ ਨਿਕਲੀ? ਕਾਂਗਰਸ ਪਾਰਟੀ, ਕਿਉਂਕਿ ਤੁਸੀਂ ਜਿਸ ਪਾਰਟੀ ਦੇ ਵਿੱਚ ਰਹੇ ਇੰਨੀ ਦੇਰ, ਮੈਂ ਕਿਸੇ ਇਨ ਪਰਸਨ, ਮੈਨੂੰ ਮੈਂ ਸਮਝਦਾ ਕਿ ਮੈਂ ਨਹੀਂ ਕਿਸੇ ਬਾਰੇ ਬੋਲ, ਪਰ ਫਿਰ ਕਿੱਥੋਂ ਤਾਂ ਸਿਸਟਮ ਡਿਕਲਾਈਨ ਹੋ ਰਿਹਾ ਹੋਏਗਾ, ਜ਼ਰੂਰ ਦੱਸਦਾ ਫਿਰ ਕਦੋਂ ਤੋਂ ਜਿਹੜਾ ਕਾਂਗਰਸ ਦਾ ਪੰਜਾਬ ਦੇ ਵਿੱਚ ਡਾਊਨਫਾਲ ਜਿਹੜਾ ਕਦੋਂ ਸ਼ੁਰੂ। ਨਹੀਂ ਠੀਕ ਹੈ, ਇੱਕ ਕੈਪਟਨ ਅਮਰਿੰਦਰ ਸਿੰਘ ਗਏ, ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ, ਚਰਨਜੀਤ ਸਿੰਘ ਚੰਨੀ ਸੀਗੇ, ਚਾਰ ਲੀਡਰ ਬਦਲ ਗਏ, ਚਾਰੋਂ ਦੇ ਚਾਰੋਂ ਲੀਡਰ, ਚਾਰੋਂ ਦੇ ਕਹਿਣ ਦਾ ਭਾਵ ਹੈ ਕਿ ਭਾਵੇਂ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਇੱਕੋ ਵਾਰੀ ਰਿਸਪੋਂਸੀਬਿਲਟੀ ਮਿਲਦੀ ਹੈ, ਪਰ ਦੋ ਲੀਡਰ ਉਹ ਆ ਗਏ, ਫਿਰ ਚਰਨਜੀਤ ਸਿੰਘ ਚੰਨੀ ਸੀਗੇ, ਫਿਰ ਨਵਜੋਤ ਸਿੰਘ ਸਿੱਧੂ ਸੀਗੇ। ਕੋਈ ਇੱਕ ਤੁਹਾਨੂੰ ਮਹਿਸੂਸ ਹੋ ਰਿਹਾ ਕਿ ਕਿਸੇ ਇੱਕ ਦੀ ਐਂਟਰੀ ਦੇ ਨਾਲ ਜਾਂ ਕਿਸੇ ਇੱਕ ਨੇ ਜ਼ਿਆਦਾ ਸਿਸਟਮ ਖਰਾਬ ਕਰਤਾ? ਦੇਖੋ ਮੈਂ ਸਪੈਸੀਫਿਕਲੀ ਤਾਂ ਨਹੀਂ ਦੱਸ ਸਕਦਾ, ਪਰ ਤੁਹਾਨੂੰ ਮੈਂ ਸਾਰਾ ਡਿਟੇਲ 'ਚ ਦੱਸਦਾ ਵੀ ਕਿਸੇ ਪਾਰਟੀ ਦੀ ਮਜ਼ਬੂਤੀ ਦੇ ਲਈ, ਕਿਸੇ ਪਾਰਟੀ ਨੂੰ, ਸੰਗਠਨ ਨੂੰ ਅੱਗੇ ਵਧਣ ਦੇ ਲਈ ਉਹਦੇ ਲਈ ਜਿਹੜਾ ਡਿਸਿਪਲਿਨ ਆ, ਦੈਟ ਇਜ਼ ਦਾ ਫੋਰਮੋਸਟ ਥਿੰਗ, ਸਭ ਤੋਂ ਜ਼ਰੂਰੀ ਡਿਸਿਪਲਿਨ ਹੈ। ਉਸ ਤੋਂ ਬਾਅਦ ਆਪਸੀ ਜਿਹੜੀ ਧੜੇਬੰਦੀ ਆ, ਜਿੰਨੀ ਘੱਟ ਹੋਵੇ, ਔਰ ਉਹ ਜਿਹੜੀ ਜ਼ਿਆਦਾ ਜ਼ਰੂਰੀ ਹੈ, ਬਟ ਉਹ ਅੱਜ ਧੜੇਬੰਦੀ ਵੀ ਜ਼ਿਆਦਾ ਹੈ ਅਤੇ ਇਨਡਿਸਿਪਲਿਨ ਵੀ ਜ਼ਿਆਦਾ ਹੈ। ਸੋ ਇਸ ਕਰਕੇ ਇਹ ਜਿਹੜੇ ਮੁੱਖ ਕਾਰਨ ਰਹੇ ਆ, ਬਾਕੀ ਕੈਪਟਨ ਅਮਰਿੰਦਰ ਸਿੰਘ ਦੀ ਤੁਹਾਨੂੰ ਮੈਂ ਗੱਲ ਦੱਸੀ ਹੈ, ਅਤੇ ਜਦ ਤੱਕ ਉਹ ਵੀ ਕਾਂਗਰਸ 'ਚ ਰਹੇ ਆ ਅਤੇ ਉਹਨਾਂ ਦਾ ਰਾਈਜ਼ ਵੀ ਸਟੀਪ ਰਾਈਜ਼ ਰਿਹਾ, ਬਹੁਤ ਰਾਈਜ਼ ਉਹਨਾਂ ਨੇ ਦੇਖਿਆ, ਅਤੇ ਜਦੋਂ ਤੋਂ ਉਹ ਵੀ ਬੀਜੇਪੀ 'ਚ ਗਏ ਆ ਅਤੇ ਹਾਲਾਤ ਜਿਹੜੇ ਉੱਧਰ ਵੀ ਕੋਈ ਵਧੀਆ ਨਹੀਂ, ਮਤਲਬ ਵੱਧ ਤੋਂ ਬਦਤਰ ਹੀ ਨੇ। ਤੁਹਾਡੇ ਤੋਂ ਕੌਣ ਇਨਸਕਿਓਰ ਹੋਇਆ ਹੈਗਾ? ਤੁਹਾਡੇ ਤੋਂ ਵੀ ਇਨਸਕਿਓਰ ਹੁੰਦੇ ਸੀ, ਮੇਰਾ ਸਵਾਲ ਫਿਰ ਉਹੀ ਹੈ, ਕਿਉਂਕਿ ਤੁਸੀਂ ਤਾਂ ਇੱਕ ਫਿਰ ਉਸ ਹਲਕੇ ਤੋਂ ਆਉਂਦੇ ਹੋ, ਮੈਨੂੰ ਲੱਗਦਾ ਕਿ ਉਸ ਵੇਲਿਆਂ ਦੇ ਵਿੱਚ ਤਾਂ ਜਾਂ ਥੋੜ੍ਹੇ ਦਿਨ ਪਹਿਲਾਂ ਤੱਕ ਤਾਂ ਹੁਸ਼ਿਆਰਪੁਰ ਦੇ ਵਿੱਚ ਕੋਈ ਕਾਂਗਰਸ ਦਾ ਵੱਡਾ ਨੇਤਾ ਵੀ ਨਹੀਂ ਤੁਸੀਂ ਨਜ਼ਰ ਆਉਂਦੇ ਸੀਗੇ। ਇਸ ਹਲਕੇ ਦੇ ਵਿੱਚ ਵੀ ਕੋਈ ਇੰਟਰਫੇਅਰ ਕਰਦਾ ਸੀਗਾ ਜਾਂ ਤੁਹਾਡੇ ਤੋਂ ਵੀ ਕੋਈ ਪਰਟੀਕੁਲਰ ਲੀਡਰ ਵੀ ਇਨਸਕਿਓਰ ਹੁੰਦਾ ਸੀਗਾ? ਦੇਖੋ ਸਾਰੀ ਲੀਡਰਸ਼ਿਪ ਹੀ ਇਨਸਕਿਓਰ ਰਹਿੰਦੀ ਹੈ ਜਦੋਂ ਤੁਸੀਂ ਕਿਸੇ ਨੂੰ ਮੌਕਾ ਨਹੀਂ ਦਿੰਦੇ, ਜਦੋਂ ਤੁਸੀਂ ਉਹਦੀਆਂ ਜਿਹੜੀਆਂ ਜੋ ਉਹਨੂੰ ਪਾਰਟੀ ਨੇ ਉਹਨੂੰ ਰਿਸਪੋਂਸੀਬਿਲਟੀਜ਼ ਦਿੱਤੀਆਂ, ਜਦੋਂ ਉਹਨੂੰ ਤੁਸੀਂ ਨਿਰਵਾਹ ਕਰਨ ਦਾ ਮੌਕਾ ਨਹੀਂ ਦਿੰਦੇ, ਤੁਸੀਂ ਕਿਸੇ ਨਾਲ ਮਿਲਣ ਦਾ ਮੌਕਾ ਨਹੀਂ ਦਿੰਦੇ, ਲੋਕਾਂ ਨੂੰ ਉਹ ਫੰਕਸ਼ਨ ਦੇ ਵਿੱਚ ਤੁਹਾਨੂੰ ਬੁਲਾਇਆ ਹੀ ਨਹੀਂ ਜਾਂਦਾ, ਤੁਹਾਨੂੰ ਤੁਹਾਡੀ ਸਲਾਹ ਤੱਕ ਨਹੀਂ ਲਈ ਜਾਂਦੀ, ਪੁੱਛਿਆ ਤੱਕ ਨਹੀਂ ਜਾਂਦਾ, ਅਤੇ ਇਸ ਤੋਂ ਇਹਦਾ ਮਤਲਬ ਤਾਂ ਸਿੱਧਾ ਹੀ ਹੈ ਕਿ ਐਵਰੀਬਡੀ ਇਜ਼ ਇਨਸਕਿਓਰ, ਅਤੇ ਜਿਹੜੀ ਸਾਡੀ ਲੀਡਰਸ਼ਿਪ, ਹਰ ਬੰਦਾ ਲੀਡਰਸ਼ਿਪ ਦੀ ਲੜਾਈ। ਦੇਖੋ ਹਾਈਕਮਾਂਡ ਨੇ ਬਿਲਕੁਲ, ਅਸੀਂ ਹਾਈਕਮਾਂਡ ਨੂੰ ਵੀ ਮੇਰਾ ਲਗਾਤਾਰ ਦੱਸਦੇ ਰਹੇ ਹਾਂ ਕਿਹਨਾਂ ਨੂੰ ਬੋਲ ਸਕੇ, ਰਾਹੁਲ ਗਾਂਧੀ ਨੂੰ ਜਾਂ ਦਿੱਲੀ ਲੀਡਰਸ਼ਿਪ, ਦਿੱਲੀ ਲੀਡਰਸ਼ਿਪ, ਹਾਈਕਮਾਂਡ ਇਜ਼ ਦਿੱਲੀ ਲੀਡਰਸ਼ਿਪ, ਹਾਈਕਮਾਂਡ ਵੀ ਸ਼ਿਕਾਇਤ ਹੁੰਦੀ ਹੈ। ਮੇਰੇ ਕਹਿਣ ਦਾ ਮਤਲਬ ਇਹ ਪੁੱਛਣ ਦਾ ਮਤਲਬ ਇਹ ਸੀਗਾ ਕਿ ਕਦੀ ਰਾਹੁਲ ਗਾਂਧੀ ਉਹਨਾਂ ਨਾਲ ਵੀ ਮੁਲਾਕਾਤ ਹੋਈ? ਬਿਲਕੁਲ ਹਾਈਕਮਾਂਡ, ਹਾਈਕਮਾਂਡ ਦੇ ਲੈਵਲ ਤੇ ਬਿਲਕੁਲ ਗੱਲਾਂ ਹੋਈਆਂ ਦੱਸੀਆਂ, ਫਿਰ ਉਹਨਾਂ ਦੀ ਵੀ ਗਲਤੀ ਰਹੀ, ਉਹਨਾਂ ਨੇ ਵੀ ਕੁਝ ਐਕਸ਼ਨ ਨਹੀਂ ਲਿਆ। ਸਭ ਤੋਂ ਵੱਡੀ ਸਮੱਸਿਆ ਜਿਹੜੀ ਕਾਂਗਰਸ ਦੇ ਵਿੱਚ ਇਹ ਹੈ ਵੀ ਕੋਈ ਵੀ ਜਿਹੜਾ ਐਕਸ਼ਨ ਆ, ਜਦੋਂ ਤੁਸੀਂ ਕੰਪਲੇਂਟ ਹੁੰਦੀ ਹੈ ਤੇ ਯੂ ਡੋਂਟ ਟੇਕ ਦਾ ਐਕਸ਼ਨ ਟਾਈਮਲੀ, ਕਿਉਂਕਿ ਪੋਲਿਟਿਕਸ ਦੇ ਵਿੱਚ, ਰਾਜਨੀਤੀ ਦੇ ਵਿੱਚ ਜਿਹੜਾ ਟਾਈਮਲੀ ਐਕਸ਼ਨ ਆ
ਉਹ ਦੈਟ ਇਜ਼ ਵੈਰੀ ਇੰਪੋਰਟੈਂਟ। ਸੋ ਕਿਤੇ ਨਾ ਕਿਤੇ ਉਹ ਲੈਕ ਕਰਨ ਕਰਕੇ ਜਿਹੜਾ ਸਾਰਾ ਅੱਜ ਹੌਚ ਪੌਚ ਜਿੰਨਾ ਵੀ ਹੋਇਆ ਪਿਆ ਪੰਜਾਬ 'ਚ ਨਹੀਂ ਪੂਰੇ ਦੇਸ਼ ਦੇ ਵਿੱਚ ਜਿਹੜਾ ਹੌਚ ਪੌਚ ਹੈ ਉਹ ਕਿਤੇ ਨਾ ਕਿਤੇ ਜਿਹੜਾ ਜਿਹੜੀ ਤੁਹਾਡੀ ਰਿਲੈਕਟੈਂਸ ਸਿਸਟਮ ਜਿਹੜਾ ਤੁਸੀਂ ਆਮ ਆਦਮੀ ਪਾਰਟੀ 'ਚ ਜਾਣ ਤੋਂ ਪਹਿਲਾਂ ਇਹਦਾ ਮਤਲਬ ਕਾਂਗਰਸ ਨੂੰ ਕਈ ਵਾਰੀ ਇਹ ਚੇਤਾਵਨੀ ਦਿੱਤੀ ਬਿਲਕੁਲ ਤੰਗ ਹੋ ਤੁਸੀਂ ਜਾ ਸਕਦੇ ਹੋ ਈਵਨ ਜਾ ਸਕਦੇ ਤਾਂ ਕੀ ਕਹਿਣਾ ਮਤਲਬ ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਉਹਨਾਂ ਨੂੰ ਅਸੀਂ ਕਈ ਵਾਰੀ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਯਾਰ ਸਾਨੂੰ ਬੁਲਾ ਤਾਂ ਲਿਆ ਕਰੋ ਵੀ ਸਾਨੂੰ ਜਿੱਥੇ ਸਾਡੀ ਡਿਊਟੀ ਹੈ ਜੇ ਵਿਧਾਨ ਸਭਾ ਦੇ ਵਿੱਚ ਵੀ ਸਾਡੀ ਡਿਊਟੀ ਆ ਐਟਲੀਸਟ ਵਿਧਾਇਕਾਂ ਨੂੰ ਸਾਰਿਆਂ ਨੂੰ ਮੈਂ ਡੈਪਟੀ ਲੀਡਰ ਹੀ ਨਹੀਂ ਸਾਰਿਆਂ ਨੂੰ ਯਾਰ ਬੋਲਣ ਦਾ ਜੇ ਆਜ਼ਾਦੀ ਹੈ ਤਾਂ ਬੋਲਣ ਦਾ ਹੱਕ ਦਿੱਤਾ ਜਾਵੇ ਹਰ ਇੱਕ ਨੂੰ ਡਿਪਟੀ ਲੀਡਰ ਨੂੰ ਲੀਡਰ ਨਹੀਂ ਮੰਨਦੇ ਸੀ ਵਿਧਾਇਕ ਵੀ ਡੈਪਟੀ ਲੀਡਰ ਕੀ ਕਿਸੇ ਨੂੰ ਵੀ ਲੀਡਰ ਨਹੀਂ ਮੰਨਦੇ ਕਾਂਗਰਸ ਦੇ ਵਿੱਚ ਦੇਰ ਇਜ਼ ਨੋ ਲੀਡਰ ਇਨ ਦਾ ਕਾਂਗਰਸ ਯੈਸ ਫਿਰ ਜਦੋਂ ਆਮ ਆਦਮੀ ਪਾਰਟੀ 'ਚ ਚਲੇ ਗਏ ਫਿਰ ਕਿਸੇ ਪੁਰਾਣੇ ਪਰਿਵਾਰ ਦੇ ਮੈਂਬਰ ਨੇ ਤੁਹਾਨੂੰ ਫੋਨ ਕੀਤਾ ਪੁਰਾਣੇ ਮੈਂਬਰ ਨੇ ਕਿਸੇ ਨੇ ਕਿਹਾ ਕਿ ਕਿਉਂ ਕੀਤਾ ਹੈ ਆ ਜਾਓ ਵਾਪਸ ਹਾਂ ਬਿਲਕੁਲ ਸਾਰੇ ਸਤਿਕਾਰਯੋਗ ਸਾਥੀ ਨੇ ਉਹਨਾਂ ਕੋਈ ਸਾਥੀ ਜਿਹੜੇ ਪਹਿਲਾਂ ਮੰਨਦੇ ਨਹੀਂ ਸੀਗੇ ਜਿਹੜੇ ਪਹਿਲਾਂ ਜਿਹੜੇ ਮਹਿਸੂਸ ਨਹੀਂ ਸੀ ਕਰਦੇ ਅਤੇ ਜਾਣ ਤੋਂ ਬਾਅਦ ਜਦੋਂ ਉਹਨਾਂ ਨੇ ਦੇਖਿਆ ਕਿ ਵੈਕਿਊਮ ਜਿਹੜਾ ਉਹ ਵੈਕਿਊਮ ਜਦੋਂ ਬੰਦਾ ਦੇਖ ਲਿਆ ਤੁਹਾਨੂੰ ਵਾਪਸ ਬੁਲਾਇਆ ਹੋਇਆ ਹਾਂਜੀ ਦਿਲੋਂ ਕਿੰਨੇ ਬੁਲਾਇਆ ਤੁਹਾਨੂੰ ਨਹੀਂ ਦੋ ਤਿੰਨ ਜਿਹੜੇ ਟੌਪ ਇੱਕ ਦਾ ਨਾਮ ਲਓ ਦੇ ਦੋ ਤਿੰਨ ਟੌਪ ਲੀਡਰਸ਼ਿਪ ਜਿਹੜੀ ਹੈ ਉਹਨਾਂ ਨੇ ਪ੍ਰਯਾਸ ਕੀਤੇ ਕਿ ਡਾਕਟਰ ਸਾਹਿਬ ਤੁਸੀਂ ਵਾਪਸ ਆ ਜਾਓ ਅਤੇ ਹੋਰ ਵੀ ਬੜੇ ਰੌਲੇ ਪਏ ਵੀ ਤੁਸੀਂ ਜੀ ਵਾਪਸ ਆ ਜਾਓ ਸਾਡੇ 'ਚ ਪਰ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਵੀ ਜਦੋਂ ਅਸੀਂ ਮੈਂ ਜਦੋਂ ਸਟੈਪ ਲੈ ਲਿਆ ਅਤੇ ਫਿਰ ਵਾਪਸ ਆਉਣ ਦਾ ਦੇਰ ਇਜ਼ ਨੋ ਰੀਜ਼ਨ ਟੂ ਕਮ ਬੈਕ ਹੁਣ ਤਾਂ ਇੱਥੇ ਇਹੀ ਕਰਮ ਭੂਮੀ ਜਨਮ ਭੂਮੀ ਸਭ ਕੁਝ ਇਹੀ ਹੈ ਹੁਣ ਇੱਥੇ ਕਰਮ ਕਰਾਂਗੇ ਇੱਥੇ ਬਿਹਤਰ ਆਪਣੇ ਨੂੰ ਪਾਰਟੀ ਨੂੰ ਵੀ ਬਿਹਤਰ ਕਰਾਂਗੇ ਆਪਣੇ ਆਪ ਨੂੰ ਵੀ ਬਿਹਤਰ ਕਰਾਂਗੇ ਪਰ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਇਹ ਵਾਲਾ ਇਲੈਕਸ਼ਨ ਬੜਾ ਰੋਮਾਂਚਕ ਬਣ ਗਿਆ ਪੰਜਾਬ ਦਾ ਇਸ ਕਰਕੇ ਵੀ ਬਣਿਆ ਕਿ ਤੁਸੀਂ ਵੀ ਪਾਰਟੀ ਛੱਡੀ ਸੁਸ਼ੀਲ ਰਿੰਕੂ ਨੇ ਪਾਰਟੀ ਛੱਡੀ ਰਵਨੀਤ ਬਿੱਟੂ ਨੇ ਪਾਰਟੀ ਛੱਡੀ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਕਿਤੇ ਨਾ ਕਿਤੇ ਲੋਕਾਂ ਦਾ ਯਕੀਨ ਉੱਠਦਾ ਜਾ ਰਿਹਾ ਕਿ ਅਸੀਂ ਕਿਹਨੂੰ ਚੁਣਦੇ ਹਾਂ ਲੀਡਰ ਦੇ ਮਗਰ ਕਿਹੜੇ ਵਰਕਰ ਕਿਹੜੀ ਪਾਰਟੀ ਨਾਲ ਲੱਗੇ ਰਹਿੰਦੇ ਨੇ ਪਰ ਲੀਡਰ ਰਾਤੋਂ ਰਾਤ ਆਪਣਾ ਫੈਸਲਾ ਬਦਲ ਲੈਂਦਾ ਉਹ ਪਾਰਟੀ ਵੀ ਬਦਲ ਲੈਂਦਾ ਇਹਦਾ ਨੁਕਸਾਨ ਹੋਊਗਾ ਤੁਹਾਨੂੰ ਹਾਂ ਦੇਖੋ ਤੁਹਾਨੂੰ ਮੈਂ ਜਿਸ ਤਰ੍ਹਾਂ ਦੱਸਿਆ ਕਿ ਮੈਂ ਆਪਣੇ ਹਲਕੇ ਦੇ ਵਿੱਚ ਵੀ ਪਹਿਲਾਂ ਵੀ ਸਲਾਹ ਕਰਕੇ ਗਿਆ ਲੋਕਾਂ ਨੂੰ ਪੁੱਛ ਕੇ ਲੋਕਾਂ ਦੇ ਨਾਲ ਵਿਚਾਰ ਚਰਚਾ ਕਰਕੇ ਆਪਣੀਆਂ ਜੋ ਮੇਰੀਆਂ ਓਬਜੈਕਸ਼ਨ ਸੀ ਜੋ ਗਰਜਸ ਸੀ ਉਹਨਾਂ ਦੇ ਨਾਲ ਸਾਰੀਆਂ ਸਾਂਝਾ ਕਰਕੇ ਪਾਰਟੀ ਨੂੰ ਜਦੋਂ ਸਵਿੱਚ ਕੀਤਾ ਜਦੋਂ ਗਿਆ ਤਾਂ ਉਹ ਗਿਆ ਅਤੇ ਮੈਨੂੰ ਇਹ ਪੂਰੀ ਉਮੀਦ ਹੈ ਕਿ ਕੋਈ ਜਿਸ ਤਰ੍ਹਾਂ ਦੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ 2 ਸਾਲ ਦੀ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਹੈ ਉਸ ਕਾਰਗੁਜ਼ਾਰੀ ਤੋਂ ਦੇਖ ਕੇ ਲੱਗਦਾ ਕਿ ਲੋਕ ਕਾਫੀ ਲੋਕ ਜਿੱਦਾਂ 90% ਲੋਕਾਂ ਦਾ ਅੱਜ ਜਿਹੜਾ ਬਿਜਲੀ ਦਾ ਬਿੱਲ ਜਿਹੜਾ ਉਹ ਨਹੀਂ ਆ ਰਿਹਾ ਜਦਕਿ ਬਿਜਲੀ ਅੱਜ ਤੋਂ 2 ਸਾਲ ਪਹਿਲਾਂ ਪਿਛਲੀ ਸਰਕਾਰ ਦੇ ਵਿੱਚ ਬਹੁਤ ਵੱਡਾ ਮੁੱਦਾ ਸੀ ਸੋ ਇਹ ਜਿਹੜਾ ਐਜੂਕੇਸ਼ਨ 'ਤੇ ਗੱਲ ਕਰਨਾ ਫਿਰ ਅੱਛਾ ਸਿਹਤ ਸੇਵਾਵਾਂ 'ਤੇ ਗੱਲ ਮਤਲਬ ਲਗਾਤਾਰ ਸਿਹਤ ਸੇਵਾਵਾਂ ਦੇ ਵਿੱਚ ਸੁਧਾਰ ਹੋ ਰਿਹਾ ਚਾਹੇ ਉਹ ਆਮ ਆਦਮੀ ਕਲੀਨਿਕਸ ਹੋਣ ਸੋ ਜਦੋਂ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਜਿਹੜੀ ਟੌਪ 'ਤੇ ਸੀ ਉਹਨਾਂ ਹਾਲਾਤਾਂ ਦੇ ਵਿੱਚ 42,000 ਤੋਂ ਵੀ ਜ਼ਿਆਦਾ ਮਤਲਬ ਗੱਲ ਹੈ ਵੀ ਨੌਕਰੀਆਂ ਦੇਣਾ ਇਹ ਜਾਂ ਇੰਡਸਟਰੀਜ਼ ਦਾ ਜੋ ਵੀ ਹੈ ਮਤਲਬ ਸਰਕਾਰ ਲਗਾਤਾਰ ਪ੍ਰਯਾਸ ਕਰ ਰਹੀ ਹਾਲਾਂਕਿ 2 ਸਾਲ ਇੰਨੇ ਕਾਫੀ ਨਹੀਂ ਹੁੰਦੇ ਬਟ 2 ਸਾਲ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਨੇ ਕੰਮ ਕੀਤਾ ਔਰ ਲੋਕ ਜਿਹੜੇ ਮੇਰੇ ਨਾਲ ਔਲਰੇਡੀ ਸੀਗੇ ਵੀ ਉਹ ਵੀ ਕਿਤੇ ਨਾ ਕਿਤੇ ਇਹਨਾਂ ਸਿਸਟਮ ਤੋਂ ਪ੍ਰਭਾਵਿਤ ਨੇ ਪਰ ਤੁਸੀਂ ਨਾਲ ਆਉਣਾ ਚਾਹੁੰਦੇ ਨੇ ਲੋਕ ਬੜੇ ਸਿਆਣੇ ਨੇ ਇਸ ਵੇਲੇ ਤੁਸੀਂ ਵੀ ਦੇਖਦੇ ਹੋ ਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਡਿਜੀਟਲਾਈਜੇਸ਼ਨ ਹੋਈ ਪਈ ਹੈ ਲੋਕ ਇਹ ਕਹਿੰਦੇ ਕਿ ਹਫ਼ਤਾ ਪਹਿਲੇ ਇਹ ਵਾਰ ਵਾਰ ਤੁਹਾਨੂੰ ਸਵਾਲ ਪੁੱਛਿਆ ਜਾ ਰਿਹਾ ਕਿ ਤੁਸੀਂ ਵਿਧਾਨ ਸਭਾ ਗਏ ਕਰਜ਼ੇ ਦੀ ਪੰਡ ਲੈ ਕੇ ਗਏ ਲੋਕ ਤਾਂ ਵਾਰ ਵਾਰ ਤੁਹਾਡੇ ਅੱਗੇ ਤਸਵੀਰਾਂ ਰੱਖ ਹੀ ਰਹੇ ਹੋਣਗੇ ਨਾ ਚੱਬੇਵਾਲ ਸਾਹਿਬ ਜੀ ਦੇਖੋ ਇਸ ਨੂੰ ਕਿੱਦਾਂ ਕਾਊਂਟਰ ਕਰੋਗੇ ਦੇਖੋ ਮੈਂ ਕਾਊਂਟਰ ਇਸ ਨੂੰ ਕਰਨ ਦੀ ਜ਼ਰੂਰਤ ਨਹੀਂ ਆ ਜਦੋਂ ਮੈਂ ਵਿਰੋਧੀ ਧਿਰ 'ਚ ਹਾਂ ਅਤੇ ਮੈਂ ਮਰਦੇ ਦਮ ਤੱਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਵਾਂਗਾ ਮੈਂ ਬਤੌਰ ਵਿਰੋਧੀ ਧਿਰ ਦੇ ਲੀਡਰ ਹੋਣ ਦੇ ਹੁੰਦੇ ਹੋਏ ਚਾਹੇ ਉਹ ਕਰਜ਼ੇ ਦੀ ਪੰਡ ਸੀ
ਜਾਂ ਕੋਈ ਹੋਰ ਜਿੰਨੇ ਵੀ ਸਾਡੇ ਉੱਥੇ ਮਸਲੇ ਅਸੀਂ ਰੇਜ਼ ਕਰਦੇ ਹਾਂ, ਇਸ਼ੂ ਰੇਜ਼ ਕਰਦੇ ਹਾਂ, ਉਹ ਸਾਡਾ ਫਰਜ਼ ਹੈ। ਉਹ ਤੁਸੀਂ ਦੇਖੋ ਮਸਲੇ ਜਿਹੜੇ ਵਿਰੋਧੀ ਧਿਰ ਦੇ ਨਹੀਂ, ਉਹ ਮਸਲੇ ਤਾਂ ਜਨਤਾ ਦੇ ਸੀਗੇ ਜਿਹੜੇ ਤੁਸੀਂ ਵਿਧਾਨ ਸਭਾ ਚ ਰੱਖਦੇ ਸੀ, ਉਹ ਮਸਲੇ ਹੁਣ ਹੱਲ ਹੋ ਗਏ, ਐਡਰੈਸ ਹੋਏ ਉਹ ਮਸਲੇ। ਸਭ ਤੋਂ ਪਹਿਲਾਂ ਜਿਹੜਾ ਮਸਲਾ ਤੁਹਾਨੂੰ ਮੈਂ ਉਦਾਹਰਣ ਦੇ ਤੌਰ 'ਤੇ ਦੱਸਦਾ ਹਾਂ ਕਿ ਜਦੋਂ ਐਡਵੋਕੇਟ ਜਨਰਲ ਆਫਿਸ ਦੇ ਵਿੱਚ ਲਾਅ ਆਫਿਸ ਜਿਹੜਾ ਹੈਗਾ, ਉੱਥੇ ਲਾਅ ਆਫਿਸਰਸ ਦੀ ਰੈਜ਼ਰਵੇਸ਼ਨ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਅੱਜ ਤੱਕ ਨਹੀਂ ਹੈ। ਪਿਛਲੇ 75 ਸਾਲ ਤੱਕ ਉੱਥੇ ਰੈਜ਼ਰਵੇਸ਼ਨ ਨਹੀਂ ਸੀ। ਔਰ ਅਸੀਂ ਉਸ ਇਸ਼ੂ ਨੂੰ ਜਦੋਂ ਮੈਂ ਆਈ ਵਾਜ਼ ਦਾ ਫਸਟ ਪਰਸਨ, ਉਹ ਇਸ਼ੂ ਰੇਜ਼ ਕੀਤਾ ਔਰ ਗਵਰਨਮੈਂਟ ਨੇ ਉਸ ਚੀਜ਼ ਨੂੰ ਅੰਡਰਸਟੈਂਡ ਕੀਤਾ, ਉਹਨੂੰ ਸਮਝਿਆ। ਔਰ ਮੈਨੂੰ ਇਹ ਖੁਸ਼ੀ ਆ, ਭਾਵੇਂ ਮੈਂ ਉਦੋਂ ਵਿਰੋਧੀ ਧਿਰ ਦੇ ਵਿੱਚ ਵੀ ਸੀ, ਪਰ ਮੈਨੂੰ ਇਹ ਖੁਸ਼ੀ ਆ ਅੱਜ ਕਿ ਲਾਅ ਆਫਿਸਰਸ ਨੂੰ ਰੈਜ਼ਰਵੇਸ਼ਨ ਜਿਹੜੀ ਹੈ ਉਹ ਦੇ ਦਿੱਤੀ ਗਈ, ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਦੇ ਦਿੱਤੇ ਗਏ। ਸੋ ਇਹ ਦੇਸ਼ ਦੇ ਵਿੱਚ ਜਦੋਂ ਵਿਰੋਧੀ ਧਿਰ ਦੇ ਤੌਰ 'ਤੇ ਮੈਂ ਸਵਾਲ ਚੁੱਕਿਆ ਅਤੇ ਸਰਕਾਰ ਨੇ ਉੱਥੇ ਲਗਾਤਾਰ ਫਿਰ ਉਸ ਤੋਂ ਬਾਅਦ ਸਾਡੇ ਸਾਰੇ ਲੀਡਰ ਚੱਕਦੇ ਰਹੇ, ਵਿਰੋਧੀ ਧਿਰ ਦਾ ਕੰਮ ਤਾਂ ਇਹੀ ਹੈ ਨਾ। ਔਰ ਜਦੋਂ ਚੱਕਿਆ ਤਾਂ ਉਹਨਾਂ ਨੇ ਉੱਥੇ ਕੰਮ ਕੀਤਾ, ਔਰ ਅੱਜ ਸਾਡਾ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਸੋਚ ਦੇ ਲਈ ਜੋ ਸਭ ਤੋਂ ਵੱਡਾ ਕੰਮ ਪੂਰੇ ਦੇਸ਼ ਦੇ ਵਿੱਚ ਜੇ ਇੱਕ ਹੋਇਆ ਤਾਂ ਇਹ ਮੈਂ ਸਭ ਤੋਂ ਵੱਡਾ ਕੰਮ ਪੁੱਛਦਾ ਸਮਝਦਾ। ਔਰ ਦੂਸਰਾ ਜੇ ਕਰਜ਼ੇ ਦੀ ਪੰਡ ਵੀ ਲੈ ਕੇ ਗਏ ਹਾਂ ਤਾਂ ਕਰਜ਼ਾ ਅੱਜ ਪੰਜਾਬ ਦੇ ਸਿਰ ਹੈ, ਇਸ ਦੇ ਵਿੱਚੋਂ ਜਿਹੜੇ ਬਜਟ ਡਾਕੂਮੈਂਟਸ ਨੇ ਉਹ ਵੀ ਡਿਨਾਈ ਨਹੀਂ ਕਰ ਰਹੇ ਪਏ ਕਰਜ਼ਾ ਨਹੀਂ ਹੈ, ਕਰਜ਼ਾ ਹੈ। ਸੋ ਵਿਰੋਧੀ ਧਿਰ ਦੇ ਵਿੱਚ ਹੁੰਦੇ ਹੋਏ ਅਸੀਂ ਜਦੋਂ ਮੈਂ ਸੱਤਾ 'ਚ ਆਇਆ, ਸੱਤਾ ਧਿਰ ਦੇ ਵਿੱਚ ਆਇਆ, ਜਿਹੜੀ ਸੱਤਾ ਧਿਰ ਆ, ਅਤੇ ਉਹਨਾਂ ਨਾਲ ਜਦੋਂ ਗੱਲ ਕੀਤੀ, ਚੀਮਾ ਸਾਹਿਬ ਨਾਲ ਗੱਲ ਕੀਤੀ, ਤਾਂ ਹੀ ਸੈਟ ਉਹਨਾਂ ਨੇ ਪੂਰਾ ਮੈਨੂੰ ਸੈਟਿਸਫਾਈ ਕਰਨ ਦੀ ਕੋਸ਼ਿਸ਼ ਵੀ ਕੀਤੀ ਔਰ ਪ੍ਰਯਾਸ ਵੀ ਕਹਿੰਦੇ ਕਰ ਰਹੇ ਹਾਂ ਵੀ ਕਰਜ਼ਾ ਘਟੇ। ਜੇ ਕਰਜ਼ਾ ਘਟੇਗਾ ਤਾਂ ਸੋ ਇਹਦੇ ਵਿੱਚ ਦੇਰ ਇਜ਼ ਨਥਿੰਗ ਬੈਡ। ਚਲੋ ਇਹ ਸਮੇਂ ਨਾਲ ਪ੍ਰੋਟੈਸਟ ਕਰਨਾ ਕੀ ਬੈਡ ਹੈ, ਹੁਣ ਤੁਹਾਡੀ ਗੱਲ ਕਿੰਨੀ ਕੁ ਸੁਣਦੇ ਨੇ ਸੱਤਾ ਧਿਰ ਦੇ ਵਿੱਚ ਆ ਕੇ, ਸਮੇਂ ਨਾਲ ਪਤਾ ਲੱਗੇਗਾ। ਪਰ ਆਮ ਆਦਮੀ ਪਾਰਟੀ 'ਚ ਜਾਣ ਲਈ ਤੁਹਾਡੇ 'ਤੇ ਕੋਈ ਦਬਾਅ ਜੀ ਵੀ ਸੀਗਾ? ਮੇਰੇ 'ਤੇ ਕੋਈ ਕਿਸੇ ਕਿਸਮ ਦਾ ਦਬਾਅ ਜੇ ਹੁੰਦਾ ਤਾਂ ਫਿਰ ਮੈਂ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਿਉਂ ਕਰਦਾ, ਸਰਕਾਰ ਦੇ ਖਿਲਾਫ਼ ਲਗਾਤਾਰ ਬੋਲਦਾ ਕਿਉਂ? ਰਣਨੀਤੀਆਂ ਤਾਂ 8-10 ਦਿਨਾਂ 'ਚ ਹੀ ਬਦਲ ਗਈਆਂ। ਨਹੀਂ, ਰਣਨੀਤੀ ਤਾਂ ਇੱਕ ਦਿਨ 'ਚ ਨਹੀਂ, ਰਣਨੀਤੀ ਤਾਂ ਇੱਕ ਦਿਨ 'ਚ ਵੀ ਬਦਲ ਸਕਦੀ ਹੈ, ਕਿਉਂਕਿ ਜਦੋਂ ਤੁਸੀਂ ਤੁਹਾਡਾ ਇਲ ਟ੍ਰੀਟਮੈਂਟ ਚੱਲ ਰਿਹਾ, ਲਗਾਤਾਰ ਤੁਸੀਂ ਕਿਤੇ ਨਾ ਕਿਤੇ ਪਰੇਸ਼ਾਨ ਚੱਲਦੇ ਆ ਰਹੇ ਆ, ਅਤੇ ਜਦੋਂ ਫਿਰ ਫੈਸਲੇ ਹੁੰਦੇ ਫਿਰ ਇਕਦਮ ਹੀ ਜਿਹੜੇ ਹੋ ਸਕਦੇ ਆ। ਕਿਉਂਕਿ ਬਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਜੋ ਤੁਹਾਡੇ 'ਤੇ ਆਰੋਪ ਲਗਾਏ, ਉਹ ਤਾਂ ਕਹਿ ਰਹੇ ਨੇ ਕਿ ਤੁਸੀਂ ਗਰੀਬਾਂ ਦੇ ਘਰ ਤੁਸੀਂ ਘੁਟਾਲਾ ਕੀਤਾ, ਤੁਸੀਂ ਉਹ ਪੈਸੇ ਖਾ ਗਏ। ਹੁਣ ਜਦੋਂ ਉਹ ਐਡਾ ਵੱਡਾ ਐਲੀਗੇਸ਼ਨ ਲਾ ਰਹੇ ਨੇ ਤਾਂ ਗੱਲ ਇਹ ਤਾਂਹੀਓ ਬਣ ਰਹੀ ਸੀਗੀ ਕਿ ਸ਼ਾਇਦ ਇਨਵੈਸਟੀਗੇਸ਼ਨ ਤੁਹਾਡੇ ਖਿਲਾਫ਼ ਨਾ ਹੋਵੇ, ਉਸ ਇਨਵੈਸਟੀਗੇਸ਼ਨ ਤੋਂ ਬਚਣ ਲਈ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰ। ਦੇਖੋ, ਮੈਂ ਤੁਹਾਨੂੰ ਇਹੀ ਗੱਲ ਕਹਿਣੀ ਚਾਹੁੰਦਾ, ਮੈਂ ਕਿਉਂਕਿ ਕਿਸੇ ਵੀ ਲੀਡਰ ਨੂੰ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ, ਕਿਉਂਕਿ ਜਿਹੜੇ ਮੇਰੇ ਖਿਲਾਫ਼ ਜੋ ਸਵਾਲ ਹੈ ਮੈਂ ਉਨਕੋ ਹਮੇਸ਼ਾ ਖਾਮੋਸ਼ੀ ਸੇ ਸੁਣਤਾ ਹੂੰ, ਕਿਉਂਕਿ ਜਵਾਬ ਦੇਣੇ ਕਾ ਹੱਕ ਮੈਨੇ ਸਮੇਂ ਕੋ ਦੇ ਰੱਖਾ ਹੈ। ਸੋ ਸਮੇਂ ਦੇ ਨਾਲ ਹਰ ਜਵਾਬ ਮਿਲ ਜਾਂਦਾ। ਅਤੇ ਬਾਕੀ ਜਿਸ ਤੱਕ ਕਰਪਸ਼ਨ ਦੀ ਗੱਲ ਕਰਦੇ ਆ, ਉਹ ਅੱਜ ਤੋਂ 5 ਮਹੀਨੇ ਪਹਿਲਾਂ ਜੇ ਤੁਸੀਂ ਮੇਰੇ ਤੋਂ ਲੈਟਰ ਸ਼ੇਅਰ ਕਰਨਾ ਚਾਹੁੰਦੇ ਆ, ਉਹ ਤੁਹਾਨੂੰ ਮੈਂ ਲੈਟਰ ਦੇ ਸਕਦਾ। ਅੱਜ ਜਦੋਂ ਤੋਂ ਮੇਰਾ ਕੋਈ ਪਲੈਨ ਹੀ ਨਹੀਂ ਸੀ, ਉਦੋਂ ਡੈਪਟੀ ਕਮਿਸ਼ਨਰ ਦੀ ਰਿਪੋਰਟ ਹੈ ਕਿ ਇਹਦੇ 'ਚ ਕੋਈ ਵਿੱਤੀ ਘਾਟਾ ਸਰਕਾਰ ਨੂੰ ਜਾਂ ਪੰਚਾਇਤਾਂ ਨੂੰ ਕੋਈ ਵਿੱਤੀ ਘਾਟਾ ਨਹੀਂ ਹੋਇਆ। ਅਤੇ ਦੂਸਰੀ ਗੱਲ ਜਿਹੜੀ ਹੈ, ਜਿੰਨਾ ਕੁ ਘਪਲੇ ਦੀ ਕਹਿ ਰਹੇ ਵੀ ਐਡਾ ਵੱਡਾ ਘਪਲਾ ਹੋਇਆ, 5 ਕਰੋੜ ਰੁਪਈਆ ਉਹ ਜਿਹੜਾ ਗ੍ਰਾਂਟਾਂ ਦੇ ਵਿੱਚ ਆਇਆ ਸੀ, ਔਰ ਉਹਦੇ 'ਚੋਂ 80 ਲੱਖ ਰੁਪਈਆ ਲੋਕਾਂ ਦੇ ਖਾਤਿਆਂ 'ਚ 10,000-15,000 ਚਲਾ ਗਿਆ, ਅਤੇ 4 ਕਰੋੜ 20 ਲੱਖ ਦੇ ਕਰੀਬ ਰਫਲੀ ਉਹ ਵਾਪਸ ਲੈ ਲਿਆ, ਅਤੇ 5 ਕਰੋੜ ਦਾ ਘਪਲਾ ਕਹਦਾ 4 ਕਰੋੜ 20 ਲੱਖ ਰੁਪਿਆ ਸਰਕਾਰ ਕੋਲ ਪਿਆ। ਸੋ ਇਸ ਕਰਕੇ ਘਪਲੇ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਮੈਂ ਤੁਹਾਡੇ ਰਾਹੀਂ ਇੱਕੋ ਹੀ ਲੀਡਰਸ਼ਿਪ ਜਿਹੜੀ ਮੇਰੇ 'ਤੇ ਸਵਾਲ ਜਵਾਬ ਕਰਦੀ ਆ, ਮੈਂ ਉਹਨਾਂ ਨੂੰ ਇੱਕੋ ਹੀ ਤੁਹਾਡੇ ਰਾਹੀਂ ਤੁਹਾਡੇ ਮੀਡੀਆ ਰਾਹੀਂ ਕਹਿਣਾ ਚਾਹੁੰਦਾ ਵੀ ਜੇ ਕਰਪਸ਼ਨ 1 ਰੁਪਏ ਦੀ ਵੀ ਕੀਤੀ ਆ ਜਾਂ ਨਿਕਲ ਆਈ, ਅਤੇ ਮੈਂ ਅੱਜ ਵੀ ਕਿਸੇ ਇਨਵੈਸਟੀਗੇਸ਼ਨ ਨੂੰ ਵੀ ਫੇਸ ਕਰਨ ਨੂੰ ਤਿਆਰ ਹਾਂ, ਕਿਉਂਕਿ ਸਰਕਾਰਾਂ ਵੀ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਸੀ, ਉਹ ਚੱਲ ਰਹੀ ਹੈ ਕਿ ਹੁਣ ਬੰਦ ਹੋ ਗਈ? 5 ਮਹੀਨੇ ਪਹਿਲਾਂ, ਉਹ ਤਾਂ 5 ਮਹੀਨੇ ਪਹਿਲਾਂ ਫਾਈਲ ਹੋ ਚੁੱਕੀ ਆ। ਜਿਹੜੀ ਇਨਵੈਸਟੀਗੇਸ਼ਨ ਇਹਨਾਂ ਦੀ ਵੀ ਚੱਲਦੀ ਸੀ, ਜਿਹੜੀ ਇਨਵੈਸਟੀਗੇਸ਼ਨ ਈਵਨ ਵਿਜੀਲੈਂਸ ਦੀ ਵੀ ਚੱਲਦੀ ਸੀ, ਉਹ ਵੀ 5 ਮਹੀਨੇ ਪਹਿਲਾਂ, ਉਹ ਤਾਂ ਉਦੋਂ ਹੀ ਜਿਹੜੀ ਡੀਸੀ ਨੇ ਰਿਪੋਰਟ, ਜਦੋਂ ਡੀਸੀ ਨੇ ਰਿਪੋਰਟ ਕੀਤਾ ਕਿ ਦੇਰ ਇਜ਼ ਨੋ ਫਾਈਨੈਂਸ਼ੀਅਲ ਇੰਬੈਜਲਮੈਂਟ, ਜਦੋਂ ਉਹ ਰਿਪੋਰਟ ਵਿਜੀਲੈਂਸ ਕੋਲ ਜਾਣੀ ਆ
ਤਾਂ ਬਿਜ਼ਨਸ ਤਾਂ ਫਾਈਨੈਂਸ਼ੀਅਲ ਇਰੈਗੂਲੈਰਿਟੀ ਇਨਵੈਸਟੀਗੇਟ ਕਰਦੀ ਹੈ, ਉਹ ਤਾਂ ਆਪਣੇ ਆਪ ਹੀ ਫਾਈਲ ਹੋ ਗਈ, ਉਹਦੇ ਫਾਈਲ ਹੋ ਗਈ। ਸੋ ਇਸ ਕਰਕੇ ਇਹ ਤਾਂ ਇਸ਼ੂ ਨਹੀਂ ਆ, ਇਹ ਤਾਂ ਤੁਸੀਂ ਕਿਸੇ ਨੂੰ ਐਵੇਂ ਮਤਲਬ ਬਦਨਾਮ ਕਰਨ ਦੀ ਜਦੋਂ ਕੋਸ਼ਿਸ਼ ਦੀ, ਪਰਸੈਪਸ਼ਨ ਦੀ ਰਾਜਨੀਤੀ ਹੈ, ਪਰਸੈਪਸ਼ਨ ਤਾਂ ਬਣਾਤੀ। ਹੁਣ ਜਿੱਦਾਂ ਹੀ ਤੁਸੀਂ ਪਾਰਟੀ ਜੁਆਇਨ ਕੀਤੀ, ਬਿਕਰਮ ਮਜੀਠੀਆ ਵਰਗੇ ਲੀਡਰ ਨੇ ਇਹ ਐਲੀਗੇਸ਼ਨ ਲਾਤਾ, ਉਸ ਤੋਂ ਬਾਅਦ ਤੁਹਾਡੀ ਸੀਟ, ਤੁਹਾਡੀ ਨੋਮੀਨੇਸ਼ਨ ਦੀ ਜਿਹੜਾ ਐਲਾਨ ਹੋਣਾ ਸੀਗਾ ਕਿ ਉਹਨੂੰ ਵੀ ਹੋਲਡ ਕਰ ਦਿੱਤਾ ਗਿਆ ਸੀਗਾ? ਬਿਲਕੁਲ ਨੋਟ ਐਟ ਆਲ, ਨੋਟ ਲੇਟ ਹੋਈ। ਮੈਂ ਤਾਂ ਕਹਿੰਦਾ ਨੋਮੀਨੇਸ਼ਨ ਦਾ ਹਜੇ ਵੀ ਜਲਦੀ ਅਨਾਊਂਸ ਕਰਤਾ, ਲੇਟ ਕਰਨਾ ਚਾਹੀਦਾ ਕਿਉਂਕਿ ਟਾਈਮ ਹੀ ਬਹੁਤ ਆ ਨੋਮੀਨੇਸ਼ਨ, ਕਿਉਂਕਿ 2 ਮਹੀਨੇ ਆ, 2 ਮਹੀਨੇ 'ਚ ਜਿਹੜਾ ਪ੍ਰਚਾਰ ਆ, ਬਹੁਤ ਲੰਬਾ, ਐਡਾ ਲੰਬਾ ਪ੍ਰਚਾਰ ਜਿਹੜਾ ਉਹ ਐਡਾ ਸੌਖਾ ਨਹੀਂ ਆ। ਬਾਕੀ ਜਿੱਥੇ ਤੱਕ ਸਾਨੂੰ ਪਤਾ ਲੱਗਦਾ, ਤੁਸੀਂ ਇਸ ਲੀਡਰ ਦਿੱਲੀ ਵਾਲੀ ਟੀਮ ਚਾਹੁੰਦੀ ਸੀਗੀ ਕਿ ਹਜੇ ਚੱਬੇਵਾਲ ਸਾਹਿਬ ਦਾ ਨਾਮ ਦਾ ਐਲਾਨ ਨਾ ਕਰੀਏ, ਐਲੀਗੇਸ਼ਨ ਲੱਗ ਗਿਆ। ਮੈਨੂੰ ਸੁਣਨੀ ਆ, ਬਟ ਮੈਨੂੰ ਜਿੰਨਾ ਹਾਈਕਮਾਂਡ ਤੋਂ ਮੈਨੂੰ ਜਦੋਂ ਮੈਸੇਜ ਆਇਆ ਵੀ ਡਾਕਟਰ ਸਾਹਿਬ ਵੀ ਆਰ ਗੋਇੰਗ ਟੂ ਅਨਾਊਂਸ ਯੂਅਰ ਟਿਕਟ ਅਤੇ ਆਰ ਯੂ ਰੈਡੀ ਫਾਰ ਇਟ, ਅਤੇ ਮੈਂ ਉਹਨਾਂ ਨੇ ਇੱਕੋ ਗੱਲ ਕਹੀ ਵੀ ਸਰ ਠੀਕ ਹੈ, ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਹਰ ਜ਼ਿੰਮੇਵਾਰੀ ਨਿਭਾਉਣ ਨੂੰ ਤਿਆਰ ਹਾਂ, ਪਰ ਫਿਰ ਸਮਾਂ ਕਾਫੀ ਆ, ਯੂ ਕੈਨ ਹੋਲਡ ਇਟ। ਸੋ ਮੈਂ ਤਾਂ ਉੱਦਾਂ ਦੀ ਗੱਲ ਨਹੀਂ ਕੋਈ, ਨਾਲੇ ਮੋਰ ਓਵਰ ਜੇ ਟਿਕਟ ਨਹੀਂ ਵੀ ਦਿੰਦੀ ਪਾਰਟੀ, ਆਈ ਐਮ ਨੋਟ ਦੇਅਰ ਫਾਰ ਦ ਟਿਕਟ, ਅਤੇ ਆਪਾਂ ਤਾਂ ਵੀ ਪਾਰਟੀ ਦੇ ਵਿੱਚ ਕੋਈ ਵੀ ਜਿਹੜੀ ਵੀ ਸੇਵਾ ਕਹੀ ਜਾਂਦੀ ਹੈ ਉਹ ਨਿਭਾਉਣ ਲਈ ਤਿਆਰ ਹੈ। ਨਾਲੇ ਮੈਂ ਤੁਹਾਨੂੰ ਸੱਚੋ ਜਿਹੜੇ ਚਾਰਜਿਸ ਦੀ ਗੱਲ ਕਰ ਰਹੇ ਸੀ ਤੁਸੀਂ, ਕਰਪਸ਼ਨ ਚਾਰਜਿਸ ਦੀ ਗੱਲ ਕਰ ਰਹੇ ਸੀ, ਸਾਡੇ ਐਲ ਓ ਪੀ ਸਾਹਿਬ ਨੇ ਵੀ ਉਹ ਇਸ਼ੂ ਚੱਕਿਆ ਸੀ, ਅਤੇ ਮੈਂ ਤਾਂ ਐਲ ਓ ਪੀ ਸਾਹਿਬ ਨੂੰ ਵੀ ਇਹੀ ਪੁੱਛਣਾ ਚਾਹੁੰਦਾ ਵੀ ਯਾਰ ਵੈਨ ਆਈ ਵਾਜ਼ ਸਿਟਿੰਗ ਵਿਦ ਯੂ ਫਾਰ 2 ਈਅਰਸ, 2 ਸਾਲ ਆਪਾਂ ਇਕੱਠੇ ਬੈਠਦੇ ਰਹੇ ਉਹਨਾਂ ਦੇ ਨਾਲ, ਕੁਰਸੀ ਦੇ ਨਾਲ ਵੀ ਕੁਰਸੀ ਉੱਤੇ ਬੈਠਦਾ ਰਿਹਾ, ਅਤੇ ਉਦੋਂ ਵੀ ਇਸ਼ੂ ਇਹ ਰੇਜ਼ ਕਰ ਲੈਣਾ ਸੀ। ਸਗੋਂ ਜਦੋਂ ਤੁਸੀਂ ਆਪਣੇ ਲੀਡਰ 'ਤੇ ਇਸ਼ੂ ਰੇਜ਼ ਕਰਦੇ ਹਾਂ ਅਤੇ ਉਹ ਲੀਡਰ ਦਾ ਸਟ੍ਰੈਚਰ ਅਗਲੇ ਦਾ ਵੱਧਦਾ, ਐਲ ਓ ਪੀ ਦਾ ਸਟ੍ਰੈਚਰ ਵਧਣਾ ਸੀ। ਸੋ ਇੱਕ ਜਸਟ ਇੱਕ ਲੋਕਾਂ ਨੂੰ ਇੱਕ ਇਮੇਜ, ਇੱਕ ਕਰੈਕਟਰ ਅਸੈਸੀਨੇਟ ਕਰਨ ਲਈ ਜੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਹੈ, ਅਤੇ ਮੈਂ ਸਮਝਦਾ ਕਿ ਅੱਜ ਜਿਹੜੀ ਇਹ ਜਿਹੜੀ ਲੀਡਰਸ਼ਿਪ ਦੀ ਜਿਹੜੀ ਮਿਆਰ ਆ ਉਹ ਕਿਤੇ ਨਾ ਕਿਤੇ ਥੱਲੇ ਡਿੱਗਿਆ, ਉਹਦਾ ਇਹੀ ਕਾਰਨ ਆ। ਕਿਉਂਕਿ ਐਲੀਗੇਸ਼ਨ ਤੁਹਾਡੇ 'ਤੇ ਲੱਗੇ, ਹੁਣ ਤੁਹਾਡੀ ਪਾਰਟੀ ਦੇ ਸੁਪਰੀਮੋ ਇਸ ਵੇਲੇ ਐਲੀਗੇਸ਼ਨਸ ਦੇ ਕਰਕੇ, ਉਹਨਾਂ 'ਤੇ ਵੀ ਆਰੋਪ ਹੀ ਨੇ, ਆਰੋਪਾਂ ਕਰਕੇ ਉਹ ਵੀ ਜੇਲ੍ਹ 'ਚ ਨੇ। ਹੁਣ ਰਾਜਨੀਤੀ ਤਾਂ ਇਸੇ ਤਰ੍ਹਾਂ ਦੀ ਹੋ ਰਹੀ ਹੈ ਨਾ, ਜਦੋਂ ਆਰੋਪ ਲੱਗਦਾ ਹੈ ਤਾਂ ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪਰਸੈਪਸ਼ਨ ਵੀ ਬਣਦੀ ਹੈ, ਫਿਰ ਕਾਰਵਾਈਆਂ ਵੀ ਹੁੰਦੀਆਂ ਨੇ। ਹੁਣ ਤੁਹਾਡੇ ਲੀਡਰ ਦੇ ਖਿਲਾਫ਼ ਵੀ ਕਾਰਵਾਈ ਹੋ ਰਹੀ ਹੈ, ਇੱਕ ਪਾਸੇ ਤੁਹਾਡੇ 'ਤੇ, ਤੁਸੀਂ ਇਸ ਹਲਕੇ ਦੇ ਵਿੱਚੋਂ ਐਲੀਗੇਸ਼ਨ ਹਜੇ ਨਾਲ ਨਾਲ ਚੱਲ ਰਿਹਾ, ਤੁਸੀਂ ਠੀਕ ਹੈ, ਤੁਸੀਂ ਆਪਣਾ ਤਰਕ ਰੱਖ ਰਹੇ ਹੋ, ਦੂਜੇ ਪਾਸੇ ਤੁਹਾਡੇ ਪਾਰਟੀ ਦੇ ਹੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਜੇਲ੍ਹ 'ਚ ਨੇ। ਇਹ ਦੋਵੇਂ ਚੀਜ਼ਾਂ ਮਿਲਾ ਕੇ ਤੁਸੀਂ ਬਤੌਰ ਕੈਂਡੀਡੇਟ ਜਨਤਾ ਦੇ ਵਿੱਚ ਜਾਣਾ, ਪ੍ਰਚਾਰ ਤੁਸੀਂ ਕਰਨਾ, ਤੁਹਾਨੂੰ ਮੁਸ਼ਕਲ ਤਾਂ ਨਹੀਂ ਹੋਏਗੀ ਹੁਣ? ਬਿਲਕੁਲ, ਦੇਖੋ ਜੋ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ 'ਤੇ ਆਰੋਪ ਨੇ ਉਸ ਦੇ ਵਿੱਚ ਕੋਈ, ਸਾਡੇ ਤਾਂ ਚਲੋ ਗ੍ਰਾਂਟ ਵੀ ਆਈ ਨਾ 5 ਕਰੋੜ ਦੀ, ਅਸੀਂ ਵੰਡ ਦਿੱਤੀ, ਖਾਤਿਆਂ ਚਲ ਗਈ, ਵਾਪਸ ਆ ਗਏ, ਉੱਥੇ ਤਾਂ ਕੋਈ ਪੈਸਾ ਹੀ ਨਹੀਂ ਆਇਆ। ਦੇਰ ਇਜ਼ ਨੋ ਮਨੀ ਟ੍ਰੇਲ, ਸੁਪਰੀਮ ਕੋਰਟ ਕਹਿੰਦੀ ਵੀ ਮਨੀ ਟ੍ਰੇਲ ਦਿਖਾ ਲਓ, ਕਿੱਥੇ ਮਨੀ ਟ੍ਰੇਲ? ਹਾਂ, ਕਿਸੇ ਦੇ ਚਾਰਜਿਸ 'ਤੇ ਪਰਚਾ ਕਰ ਦੇਣਾ, ਅਤੇ ਉਹ ਤਾਂ ਫਿਰ ਮੈਂ ਸਮਝਦਾ ਕਿ ਇਸ ਤੋਂ ਵੱਡੀ ਜਿਆਦਤੀ ਤਾਂ ਕੋਈ ਹੋ ਨਹੀਂ ਸਕਦੀ। ਇਹਦਾ ਮਤਲਬ ਵੀ ਕਿਤੇ ਨਾ ਕਿਤੇ ਜਿਹੜੀ ਕੇਂਦਰ ਸਰਕਾਰ ਆ ਉਸ ਨੂੰ ਡਰ ਸਤਾ ਰਿਹਾ, ਉਸ ਨੂੰ ਹਾਰ ਦਾ ਡਰ ਸਤਾ ਰਿਹਾ, ਇਸ ਕਰਕੇ ਇਸ ਤਰ੍ਹਾਂ ਦੀ ਜੋ ਗਲਤ ਪਰਚੇ ਆ, ਇਸ ਤਰ੍ਹਾਂ ਦੇ ਜੋ ਨਜਾਇਜ਼ ਜੇਲ੍ਹ ਦੇ ਵਿੱਚ ਡੱਕ ਦੇਣਾ, ਅਰੈਸਟ ਪਾ ਦੇਣੀ, ਗ੍ਰਿਫਤਾਰੀਆਂ, ਇਹ ਜਿਹੜਾ ਕਿਤੇ ਨਾ ਕਿਤੇ ਮਤਲਬ ਤੁਸੀਂ ਜਿਹੜੀ ਲੋਕਾਂ ਦੀ ਆਵਾਜ਼ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਇਸ ਤਰ੍ਹਾਂ ਆਵਾਜ਼ਾਂ ਦੱਬੀਆਂ ਨਹੀਂ ਜਾਂਦੀਆਂ। ਜਦੋਂ ਆਪਾਂ ਜਿਆਦਤੀਆਂ ਕਰਦੇ ਹਾਂ ਤਾਂ ਲੋਕਾਂ ਦੇ ਵਿੱਚ ਹਮਦਰਦੀ ਵੱਧਦੀ ਹੈ, ਅਤੇ ਬੜੀ ਲੋਕਾਂ ਦੇ ਵਿੱਚ ਹਮਦਰਦੀ ਦੀ ਲਹਿਰ ਆ। ਜਦੋਂ ਇਸ ਤਰ੍ਹਾਂ ਦੇ ਲੀਡਰ ਜਿਨ੍ਹਾਂ ਦੀ ਐਡੀ ਵੱਡੀ ਸੋਚ ਹੋਵੇ, ਜਿਹੜੇ ਐਡੀ ਵੱਡੇ ਲੋਕਾਂ ਦੇ ਅੱਜ ਮਹਿੰਗਾਈ ਤੋਂ ਰਾਹਤ ਜਿਹੜੇ ਦੇ ਰਹੇ ਆ, ਸਕੂਲਾਂ ਦੇ ਸਿਸਟਮ ਜਿਹੜੇ ਬਿਹਤਰ ਹੋਏ ਆ, ਸਿਹਤ ਸੇਵਾਵਾਂ ਬਿਹਤਰ ਹੋਈਆਂ, ਰੁਜ਼ਗਾਰ ਦੀ ਜਿਹੜੇ ਗੱਲ ਕਰ ਰਹੇ ਅੱਜ ਇਸ ਤਰ੍ਹਾਂ ਦੇ ਟਾਈਮ ਦੇ ਵਿੱਚ, ਔਰ ਬੈਟਰ ਦੈਨ ਬੀਜੇਪੀ ਗੱਲ ਕਰ ਰਹੇ ਆ, ਬੀਜੇਪੀ ਦੀ ਸੋਚ ਵੀ ਜਿਹੜੀ ਉਹ ਇੱਦਾਂ ਦੀ ਰਹੀ ਆ। ਈਵਨ ਜਿਹੜੀ ਗਰੰਟੀ ਵੀ ਆ, ਜਿਹੜਾ ਗਰੰਟੀ ਵਰਡ ਵੀ ਆ, ਉਹ ਆਮ ਆਦਮੀ ਪਾਰਟੀ ਦਾ ਵਰਡ ਆ, ਅੱਜ ਮੋਦੀ ਜੀ ਆਪਣਾ ਉਹਨੂੰ ਗਰੰਟੀ ਬਣਾਉਣ ਡੇ। ਸੋ ਇਸ ਕਰਕੇ ਕਿਤੇ ਨਾ ਕਿਤੇ ਜਿਹੜੀ ਕੇਂਦਰ ਸਰਕਾਰ ਆ ਆਪਣੇ ਆਪ ਨੂੰ ਬਹੁਤ ਜ਼ਿਆਦਾ ਇਨਸਕਿਓਰ ਮਹਿਸੂਸ ਕਰ ਰਹੀ ਆ, ਕਿਉਂਕਿ ਲੋਕ ਅੱਜ ਮਹਿੰਗਾਈ ਤੋਂ ਵੀ ਤਰਸਤ ਨੇ, ਚਾਹੇ ਪੈਟਰੋਲ ਡੀਜ਼ਲ ਦੀ ਗੱਲ ਹੋਵੇ, ਚਾਹੇ ਸਿਲੰਡਰ ਦੀ ਗੱਲ ਹੋਵੇ, ਚਾਹੇ ਰਸੋਈ ਦੀਆਂ ਖਾਣ ਵਾਲੀਆਂ ਚੀਜ਼ਾਂ ਦੀ ਗੱਲ ਹੋਵੇ, ਜਾਂ ਕੁਛ ਵੀ ਅੱਜ ਚਾਹੇ ਬੇਰੁਜ਼ਗਾਰੀ ਹੈ,
ਅੱਜ 42% ਬੇਰੁਜ਼ਗਾਰੀ, ਇਤਿਹਾਸਿਕ ਮਤਲਬ ਇੰਨੀ ਬੇਰੁਜ਼ਗਾਰੀ ਅੱਜ ਤੱਕ ਆਜ਼ਾਦੀ ਤੋਂ ਬਾਅਦ ਹੋਈ। ਬੀਜੇਪੀ ਜਿਸ ਤਰ੍ਹਾਂ ਕਲੇਮ ਕਰ ਰਹੀ ਉਹ ਤਾਂ ਤੁਹਾਨੂੰ ਪਤਾ ਹੀ ਹੋ, ਉਹ ਤਾਂ ਕਹਿ ਰਹੇ ਕਿ ਆਪਾਂ ਦੇਸ਼ ਦੀ ਤਸਵੀਰ ਬਦਲਤੀ, ਬੀਜੇਪੀ ਤੋਂ ਵੀ ਤੁਹਾਨੂੰ ਕਹਿੰਦੇ ਔਫਰ ਆਈ ਸੀਗੀ? ਨਹੀਂ ਨਹੀਂ, ਇੱਦਾਂ ਦੀ ਕੋਈ ਮੈਨੂੰ ਅੱਜ ਤੱਕ ਕੋਈ ਔਫਰ ਨਹੀਂ ਆਈ, ਪਰ ਇਹ ਹੈ ਵੀ ਹਾਂ ਬੀਜੇਪੀ ਨੇ ਦੇਸ਼ ਦੀ ਤਸਵੀਰ ਐਸੀ ਬਣਾਤੀ ਹੈ ਕਿ ਉਹ ਤਸਵੀਰ ਜਿਹੜੀ ਅੱਜ ਧੁੰਦਲੀ ਨਜ਼ਰ ਆਉਂਦੀ ਹੈ। ਅੱਜ ਜਿਹੜੇ ਇੱਥੋਂ ਦੇ ਲੋਕ ਨੇ, ਅੱਜ ਧਰਮ ਦੇ ਨਾਂ 'ਤੇ ਸਿਰਫ ਰਾਜਨੀਤੀ ਹੋ ਰਹੀ ਆ, ਪਰ ਇਹ ਵੀ ਜੋ ਲੋਕਾਂ ਦੇ ਮੁੱਦੇ ਨੇ ਜਿਹੜੇ ਉਹਨਾਂ ਨੂੰ ਐਡਰੈਸ ਕਰਨ ਦੀ ਜ਼ਰੂਰਤ ਹੈ, ਬੇਰੁਜ਼ਗਾਰੀ ਨੂੰ ਦੂਰ ਕਰਨ ਦੀ ਜ਼ਰੂਰਤ ਹੈ, ਮਹਿੰਗਾਈ ਨੂੰ ਦੂਰ ਕਰਨ ਦੀ ਜ਼ਰੂਰਤ ਹੈ, ਅੱਜ ਜਿਹੜਾ ਉਹਨਾਂ 'ਤੇ ਕੰਮ ਲਗਾਤਾਰ ਨਹੀਂ ਕੀਤਾ ਜਾ ਰਿਹਾ, ਅੱਜ ਸਿਰਫ ਲੋਕਾਂ ਨੂੰ ਗਮਰਾਹ ਕਰਕੇ ਲੜਾ ਕੇ ਸੋ ਇਸ ਤਰ੍ਹਾਂ ਦੇ ਜਿਹੜੇ ਉਹ ਤੋਂ ਮਾਇਲੇ ਤੁਸੀਂ ਮੈਦਾਨ ਦੇ ਵਿੱਚੋਂ ਮੋਦੀ ਫੈਕਟਰ ਜਿਹੜਾ 2014-2019 ਦੇ ਵਿੱਚ ਪੰਜਾਬ 'ਚ ਇੰਨਾ ਕਾਮਯਾਬ ਨਹੀਂ ਹੋਇਆ ਸੀਗਾ, ਪਰ ਹੁਸ਼ਿਆਰਪੁਰ ਹਲਕਾ ਉਹ ਹੈ ਜਿਹੜਾ ਬੀਜੇਪੀ ਦਾ ਗੜ੍ਹ ਮੰਨਿਆ ਜਾਂਦਾ। ਹੁਣ ਤੁਸੀਂ ਮੈਦਾਨ ਦੇ ਵਿੱਚ ਆਇਓ, ਤੁਹਾਨੂੰ ਨਹੀਂ ਡਰ ਲੱਗ ਰਿਹਾ ਕਿ ਬੀਜੇਪੀ ਨਾਲ ਮੋਦੀ ਫੈਕਟਰ ਦੇ ਨਾਲ ਤੁਹਾਨੂੰ ਲੜਨਾ ਪਏਗਾ ਔਰ ਪਾਰਟੀ ਵੀ ਬਦਲਣੀ? ਦੇਖੋ ਜਦੋਂ ਤੁਸੀਂ ਲੜਾਈ ਲੜਦੇ ਹੋ, ਜਦੋਂ ਪਾਰਟੀ ਨੇ ਡਿਊਟੀ ਲਗਾ ਦਿੱਤੀ, ਫਿਰ ਲੜਾਈ ਤਾਂ ਔਖੀ ਹੁੰਦੀ ਹੈ ਹਮੇਸ਼ਾ। ਲੜਾਈ ਨੂੰ ਅਸੀਂ ਔਖੀ ਮੰਨ ਕੇ ਹੀ ਚੱਲਣਾ ਚਾਹੀਦਾ, ਚਾਹੇ ਉਹ ਬੀਜੇਪੀ ਨਾਲ ਹੋਵੇ ਜਾਂ ਕਿਸੇ ਨਾਲ ਵੀ ਹੋਵੇ, ਸੋ ਲੜਾਈ ਤਾਂ ਲੜਨ ਲਈ ਆਪਾਂ ਤਿਆਰ ਹਾਂ। ਤੁਹਾਡੇ ਹਲਕੇ ਦੇ ਲੋਕਾਂ 'ਚ ਇਹ ਇੰਪ੍ਰੈਸ਼ਨ ਹੋਏਗਾ ਨਾ, ਕਿਉਂਕਿ 2009-2014-2019 ਇਹ ਉਹ ਹਲਕਾ ਜਿਹਦੀ ਕੇਂਦਰ ਦੇ ਵਿੱਚ ਸਰਕਾਰ ਬਣਦੀ ਹੈ, ਇੱਥੋਂ ਦੀ ਮੰਤਰੀ ਵੀ ਬਣਦਾ ਇੱਥੋਂ ਦਾ ਹੀ, ਚਾਹੇ ਉਹ 2009 ਦੇ ਵਿੱਚ ਵੀ ਆਪਾਂ ਦੇਖਿਆ ਉਹ ਵੀ ਐੱਮ ਪੀ ਬਣੇ, ਮੰਤਰੀ ਬਣੇ, ਫਿਰ 2014 ਵਿੱਚ ਵੀ ਐੱਮ ਪੀ ਇੱਥੋਂ ਦੇ ਮੰਤਰੀ ਬਣਦੇ ਨੇ, 2019 ਵਾਲੇ ਵੀ ਮੰਤਰੀ ਬਣਦੇ ਨੇ, 2024 ਦੇ ਵਿੱਚ ਵੀ ਹਜੇ ਤਾਂ ਨਜ਼ਰ ਇਹੀ ਆ ਰਿਹਾ ਕਿ ਬੀਜੇਪੀ ਦੀ ਸਰਕਾਰ ਕੇਂਦਰ 'ਚ ਬਣ ਗਈ। ਲੋਕਾਂ 'ਚ ਇਹ ਇੰਪ੍ਰੈਸ਼ਨ ਨਹੀਂ ਜਾਏਗਾ ਕਿ ਯਾਰ ਆਪਾਂ ਬੀਜੇਪੀ ਵਾਲੇ ਨੂੰ ਜਦਈਏ, ਕਿ ਤੁਹਾਡੇ ਹਲਕੇ ਦੇ ਲੋਕਾਂ ਦਾ ਮਾਇੰਡ ਤਾਂ ਨਹੀਂ ਬਣ ਗਿਆ ਹੋਊਗਾ? ਜਿਸ ਤਰ੍ਹਾਂ ਦੇ ਕੰਮ ਕੇਂਦਰ ਸਰਕਾਰ ਕਰ ਰਹੀ ਆ ਉਸ ਤੋਂ ਤਾਂ ਲੋਕਾਂ ਦਾ ਮਨ ਮੈਨੂੰ ਬਣਦਾ ਲੱਗਦਾ ਨਹੀਂ। ਬਾਕੀ ਤੁਹਾਡੇ ਮੂੰਹ 'ਚ ਮੈਂ ਸਮਝਦਾ ਕਿ ਘਿਓ ਸ਼ੱਕਰ ਹੈ ਕਿ ਆਪਾਂ ਜਿੱਤਾਂਗੇ ਵੀ ਔਰ ਸਰਕਾਰ ਵੀ ਇੰਡੀਆ ਬਲੋਕ ਦੀ ਬਣੂਗੀ ਅਤੇ ਮੰਤਰੀ ਵੀ ਬਣਾਂਗੇ, ਮਤਲਬ ਇਹ ਸੁਪਨਾ ਤੁਸੀਂ ਵੀ ਰੱਖ ਰਹੇ ਹੋ? ਇਹ ਉਮੀਦ ਤੁਹਾਨੂੰ ਵੀ ਹੈ? ਨਹੀਂ, ਹਰ ਰਾਜਨੀਤਿਕ ਰਾਜਕੁਮਾਰ ਚੱਬੇਵਾਲ ਨੂੰ ਉਮੀਦ ਹੈ ਜਿਹੜਾ ਇੰਡੀਆ ਬਲੋਕ ਦੀ ਸਰਕਾਰ ਬਣੇਗੀ ਔਰ ਉਹਨਾਂ ਨੂੰ ਵਜ਼ਾਰਤ ਦੇ ਵਿੱਚ, ਕੈਬਨਿਟ ਦੇ ਵਿੱਚ ਜਗ੍ਹਾ ਵੀ ਮਿਲੇਗੀ ਜਾਂ ਮੰਤਰੀ ਪਰਿਸ਼ਦ ਦੇ ਵਿੱਚ। ਬਿਲਕੁਲ, ਮੈਂ ਤਾਂ ਜਿੱਥੇ ਵੀ ਜਗ੍ਹਾ ਮਿਲੇ ਆਪਾਂ ਕੰਮ ਕਰਾਂਗੇ, ਔਰ ਮੈਨੂੰ ਇਹ ਉਮੀਦ ਪੂਰੀ ਆ ਕਿ ਜੇ ਐੱਮ ਪੀ ਅਸੀਂ ਇੱਥੋਂ ਜਿੱਤਾਂਗੇ ਤਾਂ ਸਰਕਾਰ, ਇਹ ਤਾਂ ਮੰਨਦੇ ਹੋ ਨਾ ਕਿ ਤੁਸੀਂ ਇਹ ਤੁਹਾਡੇ ਹਲਕੇ ਨੂੰ ਇੱਕ ਕਹਿ ਲਓ ਕਿ ਇੱਕ ਆਸ਼ੀਰਵਾਦ ਜ਼ਰੂਰ ਹੈਗਾ ਕਿ ਕੇਂਦਰ ਦੇ ਵਿੱਚ ਨੁਮਾਇੰਦਗੀ ਮਿਲ ਜਾਂਦੀ ਹੈ। ਸਾਡਾ ਹਲਕਾ ਬਿਲਕੁਲ ਲੱਕੀ ਹੈ ਅਤੇ ਵਾਹਿਗੁਰੂ ਕਿਰਪਾ ਕਰਨਗੇ ਸਾਡੀ ਸਰਕਾਰ ਵੀ ਬਣੇਗੀ। ਔਰ ਗੱਲ ਫਿਰ ਉਹੀ ਹੈ ਕਿ ਬੀਜੇਪੀ ਦਾ ਗੜ ਹੈ, ਗੜ ਨੂੰ ਕਿਵੇਂ ਤੋੜੋਗੇ? ਗੜ ਕੋਈ ਨਹੀਂ ਹੁੰਦੇ ਜੀ ਇਲੈਕਸ਼ਨ ਦੇ ਵਿੱਚ, ਕਾਹਦੇ ਗੜ ਹੁੰਦੇ ਆ, ਓਵਰਨਾਈਟ ਗੜ ਟੁੱਟ ਜਾਂਦੇ ਆ। ਇੱਥੇ ਤੁਸੀਂ ਦੇਖਿਆ ਗੜ ਟੁੱਟਦੇ, ਤੁਸੀਂ ਜਦੋਂ 22 ਦੇ ਇਲੈਕਸ਼ਨ ਹੋਏ ਆ ਤਾਂ ਤੁਸੀਂ ਗੜ ਟੁੱਟਦੇ ਦੇਖੇ ਨਹੀਂ? ਮੰਤਰੀ, ਮੁੱਖ ਮੰਤਰੀ, ਦੋ ਦੋ ਇਲੈਕਸ਼ਨ, ਤਿੰਨ ਤਿੰਨ ਇਲੈਕਸ਼ਨ, ਫਿਰ ਸਾਬਕਾ ਮੁੱਖ ਮੰਤਰੀ, ਕੈਬਨਿਟ ਮਿਨਿਸਟਰਸ, ਬੜੇ ਬੜੇ ਬੋਰਡ ਦੇ ਜਿਹੜੇ ਆਪਣੇ ਆਪ ਰੁੱਖ ਸਮਝਦੇ ਸੀ, ਜਿਹੜੇ ਕਹਿੰਦੇ ਕਿ ਸਾਡੀਆਂ ਜੜ੍ਹਾਂ ਪਤਾਲ ਵਿੱਚ ਨੇ, ਉਹ ਜੜ੍ਹਾਂ ਉੱਠ ਗਈਆਂ, ਉਖੜ ਗਈਆਂ। ਸੋ ਗੜ੍ਹਾਂ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ, ਇਹ ਤਾਂ ਜਦੋਂ ਗੜ੍ਹ ਉਖੜਦੇ ਨੇ ਫਿਰ ਮਿੰਟੇ ਲੱਗਦਾ। ਕੈਲਕੂਲੇਸ਼ਨਸ ਤੁਸੀਂ ਕਿਵੇਂ ਕਰ ਰਹੇ ਹੋ? ਕਿਉਂਕਿ ਮੈਂ ਵੀ ਨਤੀਜੇ ਦੇਖ ਰਿਹਾ ਸੀਗਾ, ਅਮੂਮਨ ਇਸ ਹਲਕੇ ਦੇ ਵਿੱਚ ਵੀ ਬਾਕੀ ਹਲਕਿਆਂ ਵਾਂਗ 10 ਕੁ ਲੱਖ ਵੋਟ ਪੋਲ ਹੁੰਦੀ ਹੈ। 2019 ਦੇ ਵਿੱਚ ਵੀ 3.5 ਲੱਖ ਆਸ ਪਾਸ ਤੁਹਾਨੂੰ ਵੋਟ ਪਈ, 4 ਲੱਖ ਕੁਛ ਇੰਨਾ ਸੋਮ ਪ੍ਰਕਾਸ਼ ਉਹਨਾਂ ਨੂੰ ਪਈ, ਵਿਜੇ ਸਾਂਪਲਾ ਅਮਰਿੰਦਰ ਸਿੰਘ ਕੇਪੀ ਦੇ ਵਿਚਕਾਰ ਵੀ ਇਸੇ ਤਰ੍ਹਾਂ ਦਾ ਕੁਛ ਮੁਕਾਬਲਾ ਹੋਇਆ ਸੀਗਾ। 3.5-4 ਲੱਖ ਵੋਟ ਦਾ ਤੁਹਾਡਾ ਇੱਕ ਬੰਦੇ ਨੂੰ ਵੋਟ ਪੈਂਦੀ ਹੈ, ਦੋਨਾਂ ਦੇ ਵਿਚਕਾਰ ਜੋ ਕੰਪੀਟੀਸ਼ਨ ਹੁੰਦਾ। ਹੁਣ 4 ਕੌਮੀ ਮੁਕਾਬਲਾ ਹੋ ਜਾਏਗਾ, ਕੁਛ ਹਲਕੇ ਤੁਹਾਡੇ ਅਕਾਲੀ ਦਲ ਦੇ, ਤੁਹਾਡਾ ਆਪਣਾ ਚੱਬੇਵਾਲ ਹਲਕਾ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਸੀ ਉਦੋਂ, ਤਾਂ ਇਹਦਾ ਫਾਇਦਾ ਕਿਹਨੂੰ ਹੋਏਗਾ? ਅਕਾਲੀ ਦਲ ਬੀਜੇਪੀ ਵੀ ਇਕੱਠੇ ਨਹੀਂ ਲੜ ਰਹੀ, ਕਾਂਗਰਸ ਦਾ ਵੀ ਇੱਕ ਅੱਛਾ ਵੋਟ ਬੈਂਕ ਇਸ ਹਲਕੇ ਦੇ ਵਿੱਚ ਹੈਗਾ, ਇਸ ਆਧਾਰ ਹੈਗਾ, ਇੱਥੇ 3-3.5 ਲੱਖ ਵੋਟ ਤਾਂ ਪੈਂਦੀ ਹੈ ਨਾ ਹਰ ਵਾਰੀ। ਤਾਂ ਇਹ ਫਾਇਦਾ ਹੁਣ ਕਿਹਨੂੰ ਹੋਏਗਾ? ਆਮ ਆਦਮੀ ਪਾਰਟੀ ਨੂੰ ਫਾਇਦਾ ਹੋਏਗਾ, ਰਾਜਕੁਮਾਰ ਚੱਬੇਵਾਲ ਨੂੰ ਫਾਇਦਾ ਹੋਏਗਾ, ਬੀਜੇਪੀ ਅਕਾਲੀ ਦਲ ਦਾ ਗੱਠਜੋੜ ਨਾ ਹੋਣਾ, ਜਾਂ ਕਾਂਗਰਸ ਵਾਲੇ ਫਾਇਦਾ ਲੈਣਗੇ? ਤਾਂ ਦੇਖੋ ਇੱਥੇ ਤਾਂ ਇਸ ਇਕੁਏਸ਼ਨ 'ਤੇ ਵਰ ਜਿਹੜਾ ਕੰਮ ਕਰਨਾ ਉਹ ਤਾਂ ਉਹ ਤੁਹਾਡੀ ਸਟ੍ਰੈਟਜੀ ਤਾਂ ਮੈਂ ਪਾਸ਼ਾ ਪਰਮਾਤਮਾ ਜਾਣਦਾ, ਪਰ ਮੈਨੂੰ ਇੱਕ ਗੱਲ ਦਾ ਪਤਾ ਹੈ ਕਿ ਦ ਵੇ ਦਾ ਗਵਰਨਮੈਂਟ ਹੈਜ਼ ਪਰਫੋਰਮਡ, 2 ਸਾਲ ਦੇ ਵਿੱਚ ਸਰਕਾਰ ਨੇ ਜਿੱਦਾਂ ਕੰਮ ਕੀਤੇ ਆ, ਅਤੇ ਮੈਨੂੰ ਇਹ ਪੂਰੀ ਉਮੀਦ ਹੈ ਕਿ ਜੇ 90% ਲੋਕਾਂ ਦੇ ਅੱਜ
ਢਾਈ ਤੋਂ 3,000 ਦਾ, 3,500 ਤੱਕ ਦਾ ਜੇ ਲੋਕਾਂ ਨੂੰ ਫਾਇਦਾ ਹੋਇਆ ਹਰ ਮਹੀਨੇ, ਲੋਕਾਂ ਦੇ ਬਿਜਲੀ ਦੇ ਬਿੱਲ ਜਿਹੜੇ ਆ ਉਹ ਮਾਫ਼ ਹੋਏ ਆ, ਅਤੇ ਇਹਦੇ ਨਾਲ ਬਹੁਤ ਵੱਡੀ ਸੋਚ ਇੱਕ ਡਿਵੈਲਪ ਹੋਈ ਹੈ ਇਸ ਵਾਰੀ। ਹੁਣ ਕੇਂਦਰ ਦੀ ਸਰਕਾਰ ਦੇਖਣੀ ਨਾ ਲੋਕਾਂ ਜਿਹੜੀ ਮਰਜ਼ੀ ਦੀ ਸਰਕਾਰ, ਕੇਂਦਰ 'ਚ ਤਾਂ ਫਿਰ ਇੰਡੀਆ ਬਲੋਕ ਵੀ ਤਾਂ ਕੇਂਦਰ 'ਚ ਹੀ ਆ, ਉਹ ਕਿਹੜਾ ਕੇਂਦਰ ਤੋਂ ਬਾਹਰ ਆ ਸਰਕਾਰ? ਇੰਡੀਆ ਬਲੋਕ ਦੀ ਸਰਕਾਰ ਬਣਦੀ ਹੈ ਫਿਰ ਤੁਸੀਂ PM ਕਿਹਨੂੰ ਦੇਖਣਾ ਚਾਹੋਗੇ? ਇਹ ਤਾਂ ਦੇਖੋ ਇੰਡੀਆ ਬਲੋਕ ਜਦੋਂ ਮਲਟੀਪਲ ਪਾਰਟੀਜ਼ ਨੇ, ਇਹ ਤਾਂ ਉਹ ਸਾਰੇ ਬੈਠਣਗੇ, ਡਿਸਾਈਡ ਕਰਨਗੇ, ਸਿਰ ਜੋੜਨਗੇ, ਅਤੇ ਉਸ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ। ਪਰ ਲੋਕਾਂ ਦੇ ਅੰਦਰ ਇਹ ਵੀ ਸਵਾਲ ਹੈ ਨਾ ਚੱਬੇਵਾਲ ਸਾਹਿਬ, ਤੁਸੀਂ ਇੱਥੇ ਮੈਦਾਨ ਦੇ ਵਿੱਚ ਜਾਣਾ, ਇੱਥੇ ਤੁਸੀਂ ਗੱਲ ਕਰ ਰਹੇ ਜੀ ਇੰਡੀਆ ਬਲੋਕ ਦਾ ਪ੍ਰਧਾਨ ਮੰਤਰੀ ਬਣੂਗਾ, ਤੁਹਾਡੀ ਸਟੇਟ ਦੀ ਲੀਡਰਸ਼ਿਪ ਤਾਂ ਕਾਂਗਰਸ ਵਾਲਿਆਂ ਨੂੰ ਵੀ ਨਿੰਦ ਰਹੀ ਹੈ, ਕਾਂਗਰਸੀਆਂ 'ਤੇ ਨਿਸ਼ਾਨੇ ਕੱਸ ਰਹੇ, ਕਾਂ ਕਹਿ ਰਹੇ ਨੇ ਕਿ ਇਹ ਗਲਤ ਨੇ, ਫਿਰ ਲੋਕਾਂ ਦੇ ਅੰਦਰ ਇਹ ਵੀ ਸਵਾਲ ਹੈ ਕਿ ਉੱਥੇ ਦਿੱਲੀ 'ਚ ਤਾਂ ਤੁਸੀਂ ਇੱਕ ਦੂਜੇ ਦਾ ਹੱਥ ਫੜ ਲੈਂਦੇ ਹੋ, ਇੱਥੇ ਤੁਸੀਂ ਇੱਕ ਦੂਜੇ ਦੇ ਗੱਲ ਪੈਣ ਨੂੰ ਫਿਰਦੇ ਹੋ? ਦੇਖੋ ਜੋ ਹਾਈ ਕਮਾਂਡ ਦੀ ਸਟ੍ਰੈਟਜੀ ਆ, ਜੋ ਹਾਈ ਕਮਾਂਡ ਦੇ ਦਿਸ਼ਾ ਆਦੇਸ਼ ਹੈ, ਨਿਰਦੇਸ਼ ਹੈ, ਉਹ ਇਹੀ ਹੈ ਵੀ ਤੁਸੀਂ ਜਦੋਂ ਆਪਾਂ ਇਕੱਲੇ ਲੜਨਾ, ਜਦੋਂ ਦੇਖੋ ਜਦੋਂ ਇੱਥੇ BJP ਨਾਲ ਮੁਕਾਬਲਾ ਹੀ ਹੈ ਨਹੀਂ, ਫਿਰ ਅਲਾਇੰਸ ਦਾ ਮਤਲਬ ਨਹੀਂ, BJP ਨੇ ਤਾਂ ਇੱਥੇ ਕੋਈ ਕੰਪੀਟੀਸ਼ਨ ਨਹੀਂ ਪੰਜਾਬ ਦੇ ਵਿੱਚ BJP ਦਾ। ਆਈਡੀਓਲੋਜੀ ਦੇ ਕੋਈ ਮਾਇਨੇ ਹੁੰਦੇ ਨੇ? ਕਿਉਂਕਿ ਜੇ ਨਹੀਂ ਆਈਡੀਓਲੋਜੀ, ਦਿੱਲੀ ਹੱਥ ਮਿਲਾਉਣੇ, ਇੱਥੇ ਹੱਥ ਨਾ ਮਿਲਾਉਣੇ, ਇੱਥੇ ਚਲੋ ਉਹ ਤਾਂ ਪਾਰਟੀ ਦੇ ਆਪਣੇ ਫੈਸਲੇ ਹੋ ਸਕਦੇ, ਜਦੋਂ ਦੇਸ਼ ਦੇ ਭਵਿੱਖ ਦਾ ਸਵਾਲ ਹੋਵੇ, ਜਦੋਂ ਦੇਸ਼ ਦੇ ਫਿਊਚਰ ਦਾ ਸਵਾਲ ਹੋਵੇ, ਦੇਸ਼ ਦੇ ਵਿੱਚ ਬਹੁਤ ਵੱਡੇ ਵੱਡੇ ਮੁੱਦੇ ਜਦੋਂ ਉਹ ਸਵਾਲ ਹੋਵੇ, ਤਾਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਈ, ਦੇਸ਼ ਦੀ ਬਿਹਤਰੀ ਦੇ ਲਈ ਜੋ ਵੀ ਫੈਸਲੇ ਇੰਡੀਆ ਬਲੋਕ ਵੱਲੋਂ ਕੀਤੇ ਗਏ ਆ, ਜਾਂ ਹਾਈ ਕਮਾਂਡ ਵੱਲੋਂ, ਜਾਂ ਮਲਿਕਾਰਜੁਨ ਖੜਗੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ, ਅਸੀਂ ਉਹਦੇ ਨਾਲ ਬਿਲਕੁਲ ਸਹਿਮਤ ਹਾਂ, ਉਹਦੇ ਕਾਇਤ ਹੀ ਲੜਾਂਗੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਜਿਹੜੀ ਰਾਮਲੀਲਾ ਮੈਦਾਨ 'ਚ ਰੈਲੀ ਹੋਈ, CM ਮਾਨਵਾਲ ਗੱਲ ਕੀਤੀ ਮੂੰਹ ਕਰਕੇ ਕਿ ਸਾਨੂੰ ਇਕੱਠੇ ਲੜਨਾ ਚਾਹੀਦਾ, ਨਹੀਂ ਤਾਂ ਆਪਾਂ ਇੱਕ ਦੂਜੇ ਨੂੰ ਕੁਚਲਾਂਗੇ ਅਤੇ ਸਾਡਾ ਨੁਕਸਾਨ ਹੋਏਗਾ। ਤੁਸੀਂ ਉਹਨਾਂ ਦੀ ਰਾਏ ਨੂੰ ਕਿਵੇਂ ਦੇਖ ਰਹੇ ਹੋ? ਦੇਖੋ ਉਹਨਾਂ ਦੀ ਰਾਏ ਜਿਹੜੀ ਆ ਉਹ ਲੀਡਰਸ਼ਿਪ ਦੀ ਆਪਣੀ ਉਹਨਾਂ ਦੀ ਰਾਏ ਆ, ਅਤੇ ਉਸ ਲੀਡਰਸ਼ਿਪ ਦੇ ਲੈਵਲ 'ਤੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ, ਉੱਥੇ ਕੀ ਹੋ ਰਿਹਾ, ਅੰਦਰ ਕੀ ਗੱਲ ਹੋ ਰਹੀ ਆ, ਮਾਈਕ 'ਤੇ ਕੀ ਗੱਲ ਹੋ ਰਹੀ, ਡਾਇਸ 'ਤੇ ਕੀ ਗੱਲ ਹੋ ਰਹੀ ਆ, ਸੋ ਮੈਂ ਉਸ ਦੇ ਵਿੱਚ ਜ਼ਿਆਦਾ ਨਹੀਂ ਪੈਣਾ ਚਾਹੁੰਦਾ। ਪਰ ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਕਿ ਅਸੀਂ ਪਾਰਟੀ ਦੇ ਸਿਪਾਹੀ ਹਾਂ, ਪਾਰਟੀ ਜਿੱਦਾਂ ਡਾਇਰੈਕਸ਼ਨਸ ਦੇਵੇਗੀ ਉੱਦਾਂ ਲੜਾਂਗੇ। ਆਮ ਆਦਮੀ ਪਾਰਟੀ ਦੀ ਜਿਹੜੀ ਇੱਥੇ ਦੀ ਲੋਕਲ ਯੂਨਿਟ ਹੈ, ਲੋਕਲ ਯੂਨਿਟ ਦੇ ਵਿੱਚ ਕਹਿਣ ਦਾ ਭਾਵ ਅਰਥ ਹੈ ਕਿ ਜ਼ਿਆਦਾਤਰ ਵਿਧਾਇਕ ਵੀ ਆਮ ਆਦਮੀ ਪਾਰਟੀ ਦੇ ਨੇ, ਖੁਦ ਤੁਹਾਡੇ ਜ਼ਿਲ੍ਹੇ ਹੁਸ਼ਿਆਰਪੁਰ ਤੋਂ ਮੇਨ ਸੀਟ ਤੋਂ ਜਿੰਪਾ ਨੇ, ਮੰਤਰੀ ਨੇ, ਇਹ ਸਾਰੀ ਲੀਡਰਸ਼ਿਪ ਤੁਹਾਨੂੰ ਸਪੋਰਟ ਕਰ ਰਹੀ ਹੈ, ਕਿੱਥੇ ਇਹ ਤਾਂ ਨਹੀਂ ਕਿ ਉਹ ਵੀ ਉਹਨਾਂ ਦੇ ਅੰਦਰ ਵੀ ਆ ਗਿਆ ਹੋਇਆ ਕਿ ਯਾਰ ਪੈਰਾਸ਼ੂਟ ਆ ਗਏ ਨੇ, ਤਾਂ ਅਕਸਰ ਜੋ ਤੁਹਾਡੇ ਪੁਰਾਣੇ ਪਰਿਵਾਰ 'ਚ ਹੁੰਦਾ ਸੀ ਗੁੱਟਬਾਜ਼ੀ, ਗੁੱਟਬਾਜ਼ੀ ਦਾ ਸ਼ਿਕਾਰ ਇੱਥੇ, ਮੈਂ ਤੁਹਾਨੂੰ ਉਹੀ ਸ਼ੁਰੂ 'ਚ ਤੁਹਾਨੂੰ ਇਹੀ ਦੱਸ ਰਿਹਾ ਸੀ ਵੀ ਉੱਧਰ ਅਤੇ ਇੱਧਰ ਦਾ ਫਰਕ ਕੀ ਆ, ਅਤੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਖੁੱਲ੍ਹੀਆਂ ਬਾਹਾਂ ਦੇ ਨਾਲ ਮੈਨੂੰ ਸਵੀਕਾਰ ਕੀਤਾ, ਅਤੇ ਮੈਨੂੰ ਪੂਰੀ ਉਮੀਦ ਹੈ ਕਿ ਆਪਾਂ ਲੜਾਈ ਜਿਹੜੀ ਉਹ ਬਿਹਤਰ ਲੜਾਈ ਲੜਾਂਗੇ, ਔਰ ਇਕੱਠੇ ਹੋ ਕੇ ਇੱਕਜੁੱਟ ਇੱਕਮੁੱਠ ਹੋ ਕੇ ਲੜਾਈ ਲੜਾਂਗੇ। ਤੁਸੀਂ ਵਿਧਾਇਕੀ ਤੋਂ ਰਿਜ਼ਾਈਨ ਦਿੱਤਾ ਆਮ ਆਦਮੀ ਪਾਰਟੀ ਜੁਆਇਨ ਕਰਨ 'ਤੇ, ਕਿਉਂ ਦਿੱਤਾ? ਪਹਿਲਾਂ ਤਾਂ ਮੈਂ ਪੁੱਛਣਾ ਚਾਹਾਂਗਾ ਕਿਉਂ ਤੁਹਾਡੇ ਇਸ ਤਰ੍ਹਾਂ ਦੀ ਮੰਸ਼ਾ ਸੀਗੀ, ਕਿਉਂਕਿ ਤੁਹਾਨੂੰ ਤਾਂ ਨਹੀਂ ਪਤਾ ਸੀਗਾ ਕਿ ਉਦੋਂ ਟਿਕਟ ਮਿਲਣੀ ਹੈ ਜਾਂ ਤੁਸੀਂ MP ਬਣਨਾ, ਔਰ ਤੁਸੀਂ ਉਸੇ ਪਾਰਟੀ ਦੇ ਵਿੱਚ ਜਾ ਰਹੇ ਹੋ, ਠੀਕ ਹੈ ਐਂਟੀ ਡਿਫੈਕਸ਼ਨ ਦਾ ਤੁਹਾਨੂੰ ਹੋਏਗਾ ਕਿ, ਪਰ ਸਪੀਕਰ ਵੀ ਉਸੇ ਪਾਰਟੀ ਦੇ ਨੇ, ਤੁਸੀਂ ਰਿਜ਼ਾਈਨ ਕਿਉਂ ਦਿੱਤਾ ਸੀਗਾ? ਦੇਖੋ ਹਰ ਇੱਕ ਇਨਸਾਨ ਦੀਆਂ ਆਪਣੀਆਂ ਮੋਰਲ ਵੈਲਿਊਜ਼ ਹੁੰਦੀਆਂ ਨੇ, ਅਤੇ ਜਦੋਂ ਤੁਸੀਂ ਜਾਣਾ ਹੈ ਫਿਰ ਤੁਸੀਂ ਵਿਧਾਇਕੀ ਆਪਣੇ ਕੋਡ ਰੱਖ ਕੇ ਜਾਓ, ਪਾਰਟੀ ਦੀ ਮੈਂਬਰਸ਼ਿਪ ਆਪਣੇ ਕੋਡ ਰੱਖ ਕੇ ਜਾਓ, ਕਹਿਣਾ ਜੀ ਮੈਂ ਇੱਧਰ ਵੀ ਰਹਿਣਾ ਚਾਹੁੰਦਾ, ਇੱਧਰ ਵੀ ਰਹਿਣਾ ਚਾਹੁੰਦਾ, ਉਹ ਕੰਮ ਜਿਹੜਾ ਉਹ ਮੇਤੋਂ ਹੋ ਨਹੀਂ ਸਕਦਾ, ਸੋ ਇਸ ਕਰਕੇ ਮੈਂ ਪਾਰਟੀ ਮੈਂਬਰਸ਼ਿਪ। ਸਪੀਕਰ ਸਾਹਿਬ ਨੇ ਤਾਂ ਤੁਹਾਡੀ ਅਸਤੀਫੇ ਨੂੰ ਪ੍ਰਵਾਨ ਨਹੀਂ ਕੀਤਾ, ਉਹਨਾਂ ਨੇ ਤਾਂ ਹੋਲਡ ਤਾਂ ਕਰ ਲਿਆ। ਪਾਰਟੀ ਮੈਂਬਰਸ਼ਿਪ ਤੋਂ ਵੀ ਅਤੇ ਆਪਣੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਵੀ ਉਹ ਸਭ ਤੋਂ ਪਹਿਲਾਂ ਮੈਂ ਅਸਤੀਫਾ ਦਿੱਤਾ, ਉਸ ਤੋਂ ਬਾਅਦ ਜਿਹੜੀ ਜੁਆਇਨਿੰਗ ਆ ਉਸ ਤੋਂ ਬਾਅਦ ਕੀਤੀ ਹੈ। ਔਰ ਦੇਖੋ ਜਿਸ ਤੱਕ ਅਸਤੀਫੇ ਨੂੰ ਮਨਜ਼ੂਰ ਕਰਨਾ ਜਾਂ ਨਾ ਮਨਜ਼ੂਰ ਕਰਨਾ, ਇਹ ਜਿਹੜਾ ਹੈ ਸਪੀਕਰ ਆਫ ਦਾ ਵਿਧਾਨ ਸਭਾ, ਇਹ ਉਹਦਾ ਪ੍ਰੈਰੋਗੇਟਿਵ ਆ, ਇਹ ਉਹਨੇ ਦੇਖਣਾ ਵੀ ਕਦੋਂ ਕਰਨਾ, ਹੁਣ ਕਰਨਾ, ਕੱਲ੍ਹ ਕਰਨਾ, ਸਾਡੇ ਲਈ ਤਾਂ ਆਈ ਹੈਵ ਸਬਮਿਟਡ। ਓਕੇ, ਜੇ ਤੁਸੀਂ MP ਨਹੀਂ ਵੀ ਬਣਦੇ, ਜੇ ਤੁਸੀਂ ਇੱਥੋਂ ਨਹੀਂ ਚੁਣੇ ਜਾਂਦੇ ਲੋਕ ਸਭਾ ਦੇ ਲਈ, ਤਾਂ ਫਿਰ ਤੁਸੀਂ ਸਾਬਕਾ MLA ਹੋ, ਫਿਰ ਤੁਸੀਂ ਕੀ ਆਪਣੀ ਪਾਰਟੀ 'ਤੇ ਜਾਂ ਕਿਉਂਕਿ ਤੁਹਾਡੀ ਪਾਰਟੀ ਦੇ ਸਪੀਕਰ ਨੇ ਉਹਨਾਂ 'ਤੇ ਦਬਾਅ ਪਾਓਗੇ ਕਿ ਇਹ ਤੁਹਾਡਾ ਰਿਜ਼ਾਈਨ ਐਕਸੈਪਟ ਕਰਨ?
ਕਿਉਂਕਿ ਪਿਛਲੀ ਸਰਕਾਰ 'ਚ ਵੀ ਆਪਾਂ ਦੇਖਿਆ ਬਹੁਤ ਸਾਰੇ ਵਿਧਾਇਕ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਆਏ ਸੀਗੇ, ਸੁਖਪਾਲ ਖਹਿਰਾ ਹੋਣਾ ਦੀ ਜੇ ਮੈਂ ਗੱਲ ਕਰਾਂ ਤਾਂ ਇਹ ਤਾਂ ਪ੍ਰੈਰੋਗੇਟਿਵ ਸਪੀਕਰ ਦਾ ਹੋਲਡ ਦਾ, ਅਤੇ ਹੋਲਡ ਆ ਪੂਰੇ 5 ਸਾਲ ਉਹਨਾਂ ਨੇ ਲਗਾ ਤਾ, ਉਹਨਾਂ ਨੇ ਨਹੀਂ ਐਕਸੈਪਟ ਕੀਤਾ, ਨਾ ਉੱਥੇ ਇਲੈਕਸ਼ਨ ਹੋਇਆ, ਨਾ ਹੀ ਐਂਟੀ ਡਿਫੈਕਸ਼ਨ ਲਾਗੂ ਹੋਇਆ ਉਹਨਾਂ 'ਤੇ। ਦੇਖੋ ਇਹ ਤੁਹਾਨੂੰ ਫਿਰ ਕਿਹਾ ਵੀ ਇਹ ਟੋਟਲੀ ਸਪੀਕਰ ਦੇ ਅਧਿਕਾਰ ਖੇਤਰ 'ਚ ਆਉਂਦਾ, ਉਹਨੇ ਕੀ ਕਰਨਾ। ਬਾਕੀ ਹਾਂ, ਅਸੀਂ ਜਿਸ ਪੁਜੀਸ਼ਨ 'ਚ ਵੀ ਹਾਂ, ਚਾਹੇ ਜਿੱਤੀਏ ਜਾਂ ਹਾਰੀਏ, ਪਹਿਲਾਂ ਵੀ ਸੇਵਾ ਕਰਦੇ ਰਹੇ ਅਤੇ ਸੇਵਾਵਾਂ ਜਿਹੜੀਆਂ ਆਪਣੇ ਹਲਕੇ ਪ੍ਰਤੀ, ਸ਼ਹਿਰ ਦੇ ਪ੍ਰਤੀ ਉਹ ਨਿਭਾਉਂਦੇ ਰਹਾਂਗੇ, ਲੋਕ ਸਭਾ ਹਲਕੇ ਦੇ ਪ੍ਰਤੀ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਲਗਾਤਾਰ। ਮੈਂ ਥੋੜ੍ਹਾ ਜਿਹਾ ਫਿਰ ਵਿਸਤਾਰ ਨਾਲ ਇਹ ਦੁਬਾਰਾ ਸਵਾਲ ਪੁੱਛੂੰਗਾ, ਕਿਉਂਕਿ ਜੇ ਤੁਸੀਂ ਨਹੀਂ ਹਾਰੇ ਜਿੱਤੇ ਇੱਥੋਂ ਦੀ MP ਨਹੀਂ ਬਣਦੇ ਹੋ, ਫਿਰ ਤੁਹਾਨੂੰ ਆਪਣਾ ਹਲਕਾ ਤੁਸੀਂ ਤਾਂ ਰਿਜ਼ਾਈਨ ਦਿੱਤਾ ਹੋਇਆ, ਫਿਰ ਰਾਜਕੁਮਾਰ ਚੱਬੇਵਾਲ ਸਾਬਕਾ MLA ਹੋ ਜਾਣਗੇ ਜਾਂ ਸਪੀਕਰ, ਤਾਂ ਤੁਸੀਂ ਦਬਾਅ ਜਾਂ ਸਪੀਕਰ ਸਾਹਿਬ ਨੂੰ ਕਹੋਗੇ ਕਿ ਐਕਸੈਪਟ ਕਰੋ ਔਰ ਉੱਥੇ ਇਲੈਕਸ਼ਨ ਕਰਾਓ। ਪਹਿਲੀ ਗੱਲ ਤਾਂ ਇਹ ਆ ਵੀ ਹਾਰਨ ਦਾ ਤਾਂ ਸਵਾਲ ਹੀ ਨਹੀਂ ਉੱਠਦਾ, ਪਹਿਲੀ ਗੱਲ ਤਾਂ ਇਹ ਆ। ਜੇ ਤੁਸੀਂ ਰੇਅਰੈਸਟ ਆਫ ਦੇ ਰੇਅਰੇ ਦੇਖਦੇ ਵੀ ਹੋ, ਤਾਂ ਮੈਂ ਫਿਰ ਵੀ ਇਹੀ ਕਹਿੰਦਾ ਵੀ ਦਿਸ ਇਜ਼ ਅਪ ਟੂ ਦਾ ਗਵਰਨਮੈਂਟ, ਦਿਸ ਇਜ਼ ਅਪ ਟੂ ਵਿਧਾਨ ਸਭਾ, ਦਿਸ ਇਜ਼ ਅਪ ਟੂ ਸਪੀਕਰ ਕਿ ਉਹ ਕੀ ਕਰਨਾ ਚਾਹੁੰਦੇ ਆ। ਉਸ ਦਾ ਫੈਸਲਾ ਜਿਹੜਾ ਉਹ ਅਖੀਰਲਾ ਫੈਸਲਾ ਹੋਏਗਾ। ਆਖਰੀ ਸਵਾਲ, ਆਪਣੇ ਪੁਰਾਣੇ ਸਾਥੀਆਂ ਨੂੰ ਕੋਈ ਸਾਡੇ ਜ਼ਰੀਏ ਕੋਈ ਸਲਾਹ ਮਸ਼ਵਰਾ ਦੇਣਾ ਚਾਹੋ? ਨਹੀਂ, ਮੈਂ ਪੁਰਾਣੇ ਸਾਥੀਆਂ ਨੂੰ ਇਹੀ, ਪੁਰਾਣੇ ਪਰਿਵਾਰ ਨੂੰ ਇਹੀ ਕਹਿਣਾ ਚਾਹੁੰਦਾ, ਆਈ ਜਸਟ ਵਾਂਟ ਟੂ ਵਿਸ਼ ਦੇਮ ਆਲ ਦਾ ਬੈਸਟ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ। ਇਹ ਸਨ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕੇ ਤੋਂ ਉਮੀਦਵਾਰ ਰਾਜਕੁਮਾਰ ਚੱਬੇਵਾਲ, ਜੋ ਦੱਸ ਰਹੇ ਨੇ ਕਿ ਜਿੱਤ ਇਹਨਾਂ ਦੀ ਤੈਅ ਹੋਏਗੀ, ਔਰ ਜਿਸ ਤਰ੍ਹਾਂ ਹੁਸ਼ਿਆਰਪੁਰ ਹਲਕੇ ਨੂੰ ਇਹ ਆਸ਼ੀਰਵਾਦ ਵੀ ਰਿਹਾ ਕਿ ਕੇਂਦਰ ਸਰਕਾਰ ਦੇ ਵਿੱਚ ਪਿਛਲੇ 1 ਦਸ਼ਕ ਤੋਂ ਵੱਧ ਕੇਂਦਰ ਦੇ ਵਿੱਚ ਨੁਮਾਇੰਦਗੀ ਮਿਲਦੀ ਰਹੀ ਹੈ, ਔਰ ਇਹਨਾਂ ਨੂੰ ਵੀ ਇਹ ਉਮੀਦ ਹੈ ਕਿ ਇੰਡੀਆ ਬਲੋਕ ਦੀ ਸਰਕਾਰ ਬਣੇਗੀ ਔਰ ਇਹ ਕੇਂਦਰ ਸਰਕਾਰ ਦੇ ਵਿੱਚ ਬਤੌਰ ਪੰਜਾਬ ਦਾ ਨੁਮਾਇੰਦਗੀ ਵੀ ਕਰਨਗੇ। ਇਸੇ ਤਰ੍ਹਾਂ ਅਸੀਂ ਤੁਹਾਡੇ ਤੱਕ ਹੋਰ ਪਰਸਨੈਲਿਟੀਜ਼ ਦੇ ਨਾਲ ਰੂਬਰੂ ਕਰਾਵਾਂਗੇ। ਤੁਹਾਨੂੰ ਦੇਖਦੇ ਰਹੋ ਦੈਨਿਕ ਸਵੇਰਾ TV।